कहिंदे ने कि सूरमे बनदे ने दलेरियां दे नाल, सूरमे बनदे नाल दलेरियां दे। उंज मावां किन्ने पुत जमदियां ने, सरदार भगत सिंह जिहे सूरमे नूं देख हनेरियां वी थमदियां ने, देख हनेरियां वी थमदियां ने। ते इस बाबत बहुत सारियां खास गल्लां करन दे लई साडे नाल इक खास गैसट वी ने। आओ जी उहनां दा स्वागत करदे हां असीं सारे मिल के। प्रिंस जी बहुत बहुत स्वागत है जी डेली डोज ते। बहुत शुक्रिया मनीषा जी, बहुत शुक्रिया। मैनूं अच्छा लग्या, मैं डेली डोज दे विच लगभग 3 साल तो बाद शो दे विच तुहाडे नाल गल करन दा मौका मिल रहा। और मनीषा ने खूब कहा अपनी इंट्रो दे विच कि अज कोई विशा नहीं लैके आई मनीषा, पर अज अपने आप दे विच इक विशा है कि शहीदां दे सुपनिआं दा उद्देश, शहीदां दे सुपनिआं दा ओह संसार, शहीदां दे सुपनिआं दा ओह समाज की असीं सिरज पाए हाँ। ਇਹ ਸਵਾਲ ਤੁਹਾਡੇ ਲਈ ਵੀ ਹੈ, ਇਹ ਸਵਾਲ ਸਾਡੇ ਆਪਣੀ ਜ਼ਿਹਨੀਅਤ ਦੇ ਲਈ ਵੀ ਹੈ, ਔਰ ਇਹ ਸਵਾਲ ਸਾਰੀਆਂ ਰਾਜਨੀਤਿਕ ਧਿਰਾਂ ਦੇ ਲਈ ਵੀ ਹੈ। ਖਾਸ ਤੌਰ ਦੇ ਉੱਤੇ ਜੇ ਡੇਲੀ ਡੋਜ਼ ਦੀ ਗੱਲ ਕਰ ਰਹੇ ਹਾਂ, ਹਾਲਾਂਕਿ ਇਹ ਸ਼ੋਅ ਤੁਹਾਨੂੰ ਹਸਾਉਣ ਦਾ ਸ਼ੋਅ ਹੈ, ਇਹ ਸਾਰੀਆਂ ਰਾਜਨੀਤਿਕ ਧਿਰਾਂ ਲਈ ਇਹ ਸਵਾਲ ਹੈ। ਜਿਹੜੀਆਂ ਧਿਰਾਂ ਅੱਜ ਕੱਲ੍ਹ ਬਸੰਤੀ ਪੱਗਾਂ ਬੰਨ੍ਹ ਕੇ ਅਤੇ ਹਰ ਸਮਾਗਮ ਜਿਹੜੀ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਕਰਦੇ ਨੇ, ਇਹ ਸਵਾਲ ਉਸ ਰਾਜਨੀਤਿਕ ਧਿਰ ਦੇ ਲਈ ਵੀ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਸੰਸਾਰ ਵੱਲ ਅਸੀਂ ਵੱਧ ਸਕੇ ਹਾਂ ਜਾਂ ਨਹੀਂ ਵੱਧ ਸਕੇ, ਇਹੋ ਵਿਸ਼ਾ ਰੱਖਾਂਗੇ। ਔਰ ਮੈਂ ਇੱਕ ਗੱਲ ਦੱਸਾਂ ਕਿ ਮਨੀਸ਼ਾ ਕਹਿ ਰਹੀ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਅੱਜ ਮੈਂ ਸ਼ੋਅ ਦੇ ਵਿੱਚ ਹੱਸਣਾ ਨਹੀਂ। ਮਨੀਸ਼ਾ ਤੁਹਾਡੇ ਲਈ ਦੱਸਾਂ ਕਿ ਹੱਸਣਾ ਬੜਾ ਜ਼ਰੂਰੀ ਹੈ, ਉਹਦਾ ਰੀਜ਼ਨ ਕੀ ਹੈ? ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ, ਕੌਮੀ ਸ਼ਹੀਦ ਹੋ, ਚਾਹੇ ਧਰਮ ਦੇ ਮਾਮਲੇ ਦੇ ਵਿੱਚ, ਚਾਹੇ ਦੇਸ਼ ਦੇ ਸ਼ਹੀਦ, ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਗੱਲ ਕਰੀਏ, ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰੀਏ, ਬੋਸ ਹੋਰਾਂ ਦੀ ਗੱਲ ਕਰੀਏ, ਸ਼ਹੀਦ ਊਧਮ ਸਿੰਘ ਦੀ ਗੱਲ ਕਰੀਏ, ਕਰਤਾਰ ਸਿੰਘ ਸਰਾਭੇ ਹੋਰਾਂ ਦੀ ਗੱਲ ਕਰੀਏ, ਮਦਨ ਲਾਲ ਢੀਂਗਰੇ ਦੀ ਗੱਲ ਕਰੀਏ, ਕਿਤੇ ਕਿਤੇ ਨਾਮ ਲਵਾਂ ਮੈਂ, ਇਹਨਾਂ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸੀਗਾ, ਇਹਨਾਂ ਸ਼ਹੀਦਾਂ ਨੇ ਜਿਹੜੀ ਆਪਣੀ ਜਾਨ ਦਿੱਤੀ ਸੀ, ਉਹ ਸਾਡੇ ਹਾਸਿਆਂ ਲਈ ਦਿੱਤੀ ਸੀ ਜੀ। ਉਹ ਚਾਹੁੰਦੇ ਸੀ ਕਿ ਉਹਨਾਂ ਦੇ ਤੁਰ ਜਾਣ ਪਿੱਛੋਂ ਦੇਸ਼ ਦੇ ਜਿਹੜੇ ਵਾਸੀ ਹੋਣਗੇ, ਦੇਸ਼ ਜਿਹੜਾ ਹੋਏਗਾ ਉਹ ਖੁੱਲ੍ਹ ਕੇ ਹੱਸ ਸਕੇ, ਕਿਉਂਕਿ ਜਿਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਜਾਨ ਦਿੱਤੀ ਉਦੋਂ ਸਾਡੇ ਹੱਸਣ 'ਤੇ ਵੀ ਪਾਬੰਦੀਆਂ ਸੀ ਜੀ। ਉਦੋਂ ਸਾਡੀ ਗੁਲਾਮੀ ਇਸ ਕਿਸਮ ਸੀ ਕਿ ਅਸੀਂ ਹੱਸ ਵੀ ਨਹੀਂ ਸਕਦੇ ਸੀ। ਸੋ ਖੁੱਲ੍ਹ ਕੇ ਹੱਸੋ, ਜ਼ਿੰਦਗੀ ਨੂੰ ਮਾਣੋ। ਸ਼ਹੀਦ ਭਗਤ ਸਿੰਘ ਦਾ ਇੱਕ ਕਥਨ ਹੈ ਜੇਲ੍ਹ ਦੇ ਵਿੱਚ ਜੀ, ਸ਼ਹੀਦ ਆਜ਼ਮ ਭਗਤ ਸਿੰਘ, ਤੁਸੀਂ ਕਹੋਗੇ ਪ੍ਰਿੰਸੀ ਬੋਲੀ ਜਾ ਰਹੇ ਆ, ਨਹੀਂ ਨਹੀਂ ਬਿਲਕੁਲ ਤੁਸੀਂ ਬੋਲ ਸਕਦੇ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪੁੱਛਿਆ ਗਿਆ ਸੀ ਉਹਨਾਂ ਦੇ ਵਕੀਲ ਪ੍ਰਾਣਨਾਥ ਮਹਿਤਾ ਸਾਹਿਬ ਵੱਲੋਂ, ਜਦੋਂ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ, ਪ੍ਰਾਣਨਾਥ ਮਹਿਤਾ ਨੇ ਪੁੱਛਿਆ ਕਿ ਤੁਸੀਂ ਜ਼ਿੰਦਗੀ ਬਾਰੇ ਕੀ ਸਮਝਦੇ ਹੋ, ਕਿਉਂਕਿ ਤੁਸੀਂ ਆ ਤੁਹਾਡੇ ਅੰਤਲੇ ਸਮੇਂ ਦੇ ਨੇੜੇ ਹੋ। ਤਾਂ ਭਗਤ ਸਿੰਘ ਨੇ ਕਿਹਾ ਸੀ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਅਸੀਂ ਇਸ ਨੂੰ ਹੋਰ ਸੋਹਣਾ ਬਣਾਉਣਾ ਚਾਹੁੰਦੇ ਹਾਂ ਜੀ। ਪਰ ਉਹਨੇ ਕਿਹਾ ਮਰ ਕੇ, ਉਹ ਕਹਿੰਦਾ ਨਹੀਂ ਮਰ ਕੇ ਨਹੀਂ, ਜਿਉਂ ਕੇ, ਕਹਿੰਦਾ ਸਾਡੀ ਮੌਤ ਦੇ ਵਿੱਚ ਦੇਸ਼ ਦੀ ਜ਼ਿੰਦਗੀ ਹੈ, ਦੇਸ਼ ਦੇ ਲੋਕਾਂ ਦੀ ਜ਼ਿੰਦਗੀ। ਬਿਲਕੁਲ, ਐਂਡ ਉਹ ਅਮਰ ਨੇ, ਉਹਨਾਂ ਦੀ ਸੋਚ, ਉਹਨਾਂ ਨੇ ਜੋ ਕੰਮ ਕੀਤੇ ਆ ਉਹ ਹਜੇ ਵੀ ਲੋਕ ਉਹਨਾਂ ਨੂੰ ਸਰਾਉਂਦੇ ਨੇ ਅਤੇ ਉਹਨਾਂ ਦੇ ਨਕਸ਼ੇ ਕਦਮ 'ਤੇ ਬਹੁਤ ਲੋਕ ਚੱਲਦੇ ਨੇ ਪਰ ਮੈਨੂੰ ਦੁੱਖ ਥੋੜ੍ਹਾ ਜਿਹਾ ਇਹ ਹੁੰਦਾ ਕਿ ਹਰ ਕਿਸੇ ਨੇ ਭਗਤ ਸਿੰਘ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ, ਭਗਤ ਸਿੰਘ ਵਰਗੇ ਬਣਨ ਦੀ ਕੋਸ਼ਿਸ਼ ਕੀਤੀ, ਪਰ ਭਗਤ ਸਿੰਘ ਦੇ ਵਿਚਾਰਾਂ ਨੂੰ ਨਹੀਂ ਅਪਣਾ ਸਕੇ। ਕੁੰਡੀਆਂ ਮੁੱਛਾਂ ਹੱਥ ਦੇ ਵਿੱਚ ਪਿਸਤੌਲ ਲੱਗਦਾ ਫੇਰ ਆਉਣਾ ਪਊਗਾ, ਉਹ ਲਿਖਿਆ ਹੁੰਦਾ ਅੱਜ ਕੱਲ੍ਹ ਪੋਸਟਰਾਂ 'ਤੇ ਔਰ ਗੱਡੀਆਂ 'ਤੇ, ਉਹ ਭਗਤ ਸਿੰਘ ਨਹੀਂ। ਭਗਤ ਸਿੰਘ 23 ਸਾਲ ਦੀ ਉਮਰ ਦੇ ਵਿੱਚ ਬਹੁਤ ਵਿਚਾਰਵਾਨ ਨੌਜਵਾਨ, ਜਿਹਨੇ ਆਪਣੇ ਮਰਨ ਦੇ ਸ਼ਹੀਦੀ ਤੋਂ ਕੁਝ ਸੈਕਿੰਡ ਪਹਿਲਾਂ ਤੱਕ ਉਹ ਕਿਤਾਬ ਪੜ੍ਹ ਰਿਹਾ ਸੀ ਜੀ, ਕੁਝ ਸੈਕਿੰਡ ਪਹਿਲਾਂ ਤੱਕ, ਜਦੋਂ ਉਹਨੂੰ ਕਿਹਾ ਗਿਆ ਕਿ ਆਓ ਜੀ ਤੁਹਾਡੀ ਫਾਂਸੀ ਦਾ ਸਮਾਂ ਹੋ ਗਿਆ, ਔਰ ਕੈਸੀ ਬੇਇਨਸਾਫੀ ਉਹਨਾਂ ਤਿੰਨਾਂ ਸ਼ਹੀਦਾਂ ਨਾਲ ਹੋਈ ਕਿ ਫਾਂਸੀ ਦਾ ਸਮਾਂ ਸਵੇਰ ਦਾ ਹੁੰਦਾ, 24 ਮਾਰਚ ਨੂੰ ਫਾਂਸੀ ਹੋਣੀ ਸੀ ਸ਼ਹੀਦ ਆਜ਼ਮ ਹੋਰਾਂ ਨੂੰ, ਪਰ 23 ਮਾਰਚ ਸ਼ਾਮ ਦੇ 7 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਮਤਲਬ ਕਿੱਡਾ ਧੱਕਾ ਹੋਇਆ, ਔਰ ਫਾਂਸੀ ਦੇ ਕੁਝ ਸੈਕਿੰਡ ਪਹਿਲਾਂ ਤੱਕ ਉਹ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ ਵਿਅਕਤੀ, ਵਾਈ ਆਈ ਲੈਨਿਨ ਜਿਹੜੇ ਰਸ਼ੀਆ ਦੇ ਮਹਾਨ ਕ੍ਰਾਂਤੀਕਾਰੀ ਹੋਏ ਨੇ। ਮਤਲਬ 23 ਸਾਲ ਦਾ ਨੌਜਵਾਨ ਕਿੰਨਾ ਵਿਚਾਰਵਾਨ ਹੋਏਗਾ, ਦੁਨੀਆਂ ਦੀਆਂ ਕਿੰਨੀਆਂ ਭਾਸ਼ਾਵਾਂ ਦੇ ਵਿੱਚੋਂ ਗੁਜ਼ਰਿਆ, 23 ਸਾਲ ਦੇ ਵਿੱਚ ਉਹਨੇ ਕੀ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਪਰ ਸੋਸ਼ਲ ਮੀਡੀਆ 'ਤੇ ਭਗਤ ਸਿੰਘ ਦੇ ਖਿਲਾਫਤ ਵੀ ਬੜਾ ਕੁਛ ਚੱਲਦਾ। ਮੈਂ ਕਹਿੰਦਾ ਕਿ ਤੁਸੀਂ ਉਸਦੀ ਖਿਲਾਫਤ ਕਰੋ, ਰੱਜ ਕੇ ਕਰੋ, ਪਰ ਭਗਤ ਸਿੰਘ ਦੀ ਜਿਹੜੀ ਇੱਕ ਲਾਈਨ ਬਣਾਈ ਹੋਈ ਹੈ ਨਾ, ਜਿਹੜੀ ਉਸਨੇ ਇੱਕ ਲਾਈਨ ਖਿੱਚਤੀ ਜਾਂ ਉਹਨਾਂ ਸ਼ਹੀਦਾਂ ਨੇ ਜਿਹੜੀ ਲਾਈਨ ਖਿੱਚੀ, ਤੁਸੀਂ ਉਹਨਾਂ ਦੀ ਲਾਈਨ ਕੱਟ ਕੇ ਆਪਣੀ ਲਾਈਨ ਵੱਡੀ ਨਾ ਕਰੋ, ਤੁਸੀਂ ਆਪਣੇ ਥੋਟ ਨਾਲ, ਤੁਸੀਂ ਆਪਣੇ ਵਿਚਾਰ ਨਾਲ, ਇਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਰਿਹਾ ਜਿਹਨਾਂ ਲਈ ਮੈਂ ਕਹਿ ਰਿਹਾ ਗੱਲ ਸੋਸ਼ਲ ਮੀਡੀਆ 'ਤੇ ਕਿ ਤੁਸੀਂ ਆਪਣੀ ਲਾਈਨ ਵੱਡੀ ਕਰੋ, ਤੁਸੀਂ ਆਪਣੇ ਥੋਟ ਦੀ, ਆਪਣੇ ਵਿਚਾਰ ਦੀ ਲਾਈਨ ਵੱਡੀ ਕਰੋ, ਤਾਂ ਭਗਤ ਸਿੰਘ ਦੀ ਲਾਈਨ ਆਪੇ ਛੋਟੀ ਹੋ ਜਾਏਗੀ, ਉਸ ਦੀ ਲਾਈਨ ਕੱਟਣ ਦੀ ਜ਼ਰੂਰਤ ਨਹੀਂ ਹੈ, ਆਪਣੀ ਲਾਈਨ ਨੂੰ ਵੱਡਾ ਕਰੋ, ਆਪਣੇ ਵਿਚਾਰਾਂ ਨੂੰ ਵੱਡਾ ਕਰੋ। ਬਿਲਕੁਲ, ਅਤੇ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਸਲਾਮ ਆ, ਡੇਲੀ ਡੋਜ਼ ਉਹਨਾਂ ਦੇ ਨਾਮ 'ਤੇ ਸਾਡਾ ਹੋਵੇਗਾ, ਉਹਨਾਂ ਸ਼ਹੀਦਾਂ ਨੂੰ। ਸ਼ਾਇਦ ਇਹ ਬਹੁਤ ਛੋਟਾ ਪ੍ਰੋਗਰਾਮ ਆ ਉਹਨਾਂ ਦੇ ਨਾਮ 'ਤੇ, ਬਟ ਅੱਜ ਅਸੀਂ ਉਹਨਾਂ ਨੂੰ ਯਾਦ ਕਰਾਂਗੇ, ਸ਼ਹੀਦੀ ਦਿਹਾੜਾ ਹੈ। ਕਰਤਾਰ ਜੀ, ਜੀ ਮੈਂ ਤੁਹਾਨੂੰ ਨਾ ਦੱਸਦਾ ਕਿ
एक्चुअली इस लाहौर बंब कांड से जो लाहौर साजिश कांड से जो उस जी फांसी की सज़ा सी वो सिर्फ शहीद राजगुरु ते भगत सिंह नू हुई सी, पर सुखदेव दे सुभा दा हिस्सा वेखो, सुखदेव थापर लुधियाने दे रहण वाले सी, सुखदेव ने धक्के नाल अंग्रेज़ गौरमेंट तो डिमांड की कि नहीं मैं भी भगत सिंह दे नाल शामिल सी, क्योंकि सुखदेव बड़ा गुस्से होया सी जदों भगत सिंह ते बीके दत्त बुटकेश्वर दत्त की ड्यूटी लगी सी असैंबली दे विच बंब सुट्टण दी, तो सुखदेव ने बड़ा गुस्सा किया सी कि मैं सारी उम्र दे नाल रहा, मैं सारे एक्शन दे नाल कीते ते हुण जदों बंब सुट्टण दी वारी आई तां तुसीं बुटकेश्वर दत्त की ड्यूटी ला दित्ती है पार्टी ने, मेरी ड्यूटी क्यों नहीं लाई। सुखदेव इस गल्लों गुस्से होया कि तुसीं देखो कि उन्हां अंदर कैसा जज्बा सीगा। सो सुखदेव ने भगत सिंह दे नाल फांसी की सजा, मौत की सजा मंग के लई सी, अदरवाइज उमर कैद की सजा हुई सी, ਉਹ ਜਿਉਂਦਾ ਰਹਿ ਸਕਦਾ ਸੀਗਾ, ਬਟ ਉਹਨੇ ਉਹ ਰਾਹ ਚੁਣਿਆ ਜਿਹੜਾ ਕਿ ਨਾਲ ਦੇ ਆਪਣੇ ਸਾਥੀ ਦੇ ਨਾਲ ਦਾ ਰਸਤਾ ਚੁਣਿਆ ਉਹਨੇ। ਕੈਸੀ ਕਮਾਲ ਦੀ, ਮੈਂ ਐਕਚੁਅਲ ਦੇ ਵਿੱਚ ਅੱਜ ਦੀ ਸੋਚ ਪ੍ਰਿੰਸ ਜੀ ਇਦਾਂ ਦੀ ਹੈ, ਅੱਜ ਇਦਾਂ ਲੋਕ ਖੜਦੇ ਨੇ। ਮੈਂ ਤੁਹਾਨੂੰ ਕਿਹਾ ਤਾਂ ਹੈ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਭਗਤ ਸਿੰਘ ਨੂੰ ਛੋਟਾ ਕਰਨ ਵਾਸਤੇ ਉਸਦੇ ਉੱਤੇ ਲਾਂਛਨ ਲਾਏ ਜਾ ਰਹੇ ਨੇ ਸੋਸ਼ਲ ਮੀਡੀਆ ਤੇ। ਕੱਲ ਵੀ ਇੱਕ ਟਿੱਪਣੀ ਆ ਰਹੀ ਸੀ ਪਰਸੋਂ, ਮੈਂ ਨਾਮ ਨਹੀਂ ਲੈਂਦਾ ਉਹਨਾਂ ਵਿਅਕਤੀਆਂ ਦਾ, ਕਿ ਅਖੀਰਲੇ ਸਮੇਂ ਉਹ ਬੰਦਾ ਗਿੜਗੜਾ ਰਿਹਾ ਸੀਗਾ ਕਿ ਮੈਨੂੰ ਫਾਂਸੀ ਤੋਂ ਬਚਾ ਲਓ, ਜੇਲਰ ਕੋਲੇ ਮਿੰਨਤਾਂ ਕੱਢ ਰਿਹਾ ਸੀ। ਤੁਸੀਂ ਕੋਈ ਇੱਕ ਪ੍ਰਤੱਖ ਪ੍ਰਮਾਣ ਦੇ ਦਿਓ, ਤੁਸੀਂ ਕੋਈ ਇੱਕ ਸਬੂਤ ਦੇ ਦਿਓ ਕਿ ਉਹ ਵਿਅਕਤੀ ਗਿੜਗੜਾ ਰਿਹਾ ਸੀ। ਚਲੋ ਜੇ ਗਿੜਗੜਾ ਵੀ ਰਿਹਾ ਹੋਊਗਾ, ਪਰ ਫਿਰ ਵੀ ਉਹ ਫਾਂਸੀ ਦੇ ਤਖਤੇ 'ਤੇ ਚੜ੍ਹਿਆ ਨਾ। ਜੇ ਗੜਗੜਾ ਵੀ ਰਿਹਾ ਹੋਊਗਾ, ਮੰਨ ਲਓ ਕਿ ਉਸਨੇ ਖਿਮਾ ਜਾਚਨਾ ਕੀਤੀ, ਮੰਨ ਲਓ ਤੁਸੀਂ ਮੈਨੂੰ ਇੱਕ ਵੀ ਲੈਟਰ ਦੇ ਦਿਓ। ਭਗਤ ਸਿੰਘ ਆਪਣੇ ਪਿਤਾ ਜੀ ਨਾਲ ਗੁੱਸੇ ਹੋਏ ਸੀ, ਸਰਦਾਰ ਕਿਸ਼ਨ ਸਿੰਘ ਜੀ ਨਾਲ, ਕਿਉਂਕਿ ਉਹਨਾਂ ਨੇ ਵਾਇਸਰਾਏ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਕਿ ਮੇਰੇ ਪੁੱਤ ਨੂੰ ਮਾਫੀ ਦੇ ਦਿੱਤੀ ਜਾਵੇ, ਮੇਰੇ ਪੁੱਤ ਦੀ ਸਜ਼ਾ ਜਿਹੜੀ ਹੈ ਫਾਂਸੀ ਦੀ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਜਾਵੇ। ਅਤੇ ਭਗਤ ਸਿੰਘ ਆਪਣੇ ਫਾਦਰ ਸਾਹਿਬ ਨਾਲ ਬਹੁਤ ਗੁੱਸੇ ਹੋਏ ਸਨ ਕਿ ਹੂ ਆਰ ਯੂ, ਤੁਸੀਂ ਕੌਣ ਹੋ ਕਿ ਜਿਨ੍ਹਾਂ ਨੇ ਮੇਰੀ ਫਾਂਸੀ ਦੀ ਸਜ਼ਾ ਘਟਾਉਣ ਦੀ ਗੱਲ ਕੀਤੀ। ਇਹ ਸੀ ਉਸ ਬੰਦੇ ਦਾ ਜਜ਼ਬਾ। ਮਨੀਸ਼ਾ ਜੀ, ਭਗਤ ਸਿੰਘ ਨੇ ਨਾ ਆਪਣੀ ਜੇਲ੍ਹ ਯਾਤਰਾ ਨੂੰ ਔਰ ਜੇਲ੍ਹ ਤੋਂ ਅਦਾਲਤ ਆਉਣ ਦਾ ਜਿਹੜਾ ਸਫ਼ਰ ਹੁੰਦਾ ਸੀਗਾ, ਉਸ ਨੂੰ ਯੂਜ਼ ਕੀਤਾ ਸੀ ਆਪਣੇ ਮਾਇੰਡ ਨਾਲ। ਉਹਨੇ ਯੂਜ਼ ਕੀਤਾ ਸੀ, ਉਹਨੂੰ ਪਤਾ ਸੀਗਾ ਕਿ ਵੈਸੇ ਤਾਂ ਉਹ ਰੂਪੋਸ਼ ਰਹਿੰਦੇ ਸੀਗੇ, ਫੜੇ ਜਾਣ ਤੋਂ ਪਹਿਲਾਂ ਤਾਂ ਲੁੱਕ ਕੇ ਰਹਿੰਦੇ ਸੀ, ਉਹ ਭੇਸ ਬਦਲ ਕੇ ਰਹਿੰਦੇ ਸੀਗੇ। ਭਗਤ ਸਿੰਘ ਨੂੰ ਲੱਗਿਆ ਕਿ ਇਹ ਬਹੁਤ ਵਧੀਆ ਮੌਕਾ ਹੈ, ਕਿਉਂਕਿ ਹੁਣ ਮੈਂ ਜੇਲ੍ਹ ਦੇ ਵਿੱਚ ਹਾਂ। ਜੇਲ੍ਹ ਤੋਂ ਉਹ ਅਦਾਲਤ ਦੇ ਵਿੱਚ ਜਾਂਦੇ ਸੀ, ਉੱਥੇ ਪ੍ਰੈਸ ਹੁੰਦੀ ਸੀ ਸਾਰੀ। ਭਗਤ ਸਿੰਘ ਨੂੰ ਪਤਾ ਸੀਗਾ ਕਿ ਮੇਰੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਲਈ ਇਹ ਸਭ ਤੋਂ ਵਧੀਆ ਮੌਕਾ ਹੈ ਜੇਲ੍ਹ ਦੇ ਵਿੱਚ ਰਹਿਣਾ ਔਰ ਜੇਲ੍ਹ ਤੋਂ ਅਦਾਲਤ ਦੇ ਵਿੱਚ ਆ ਕੇ ਆਪਣੀ ਗੱਲ ਕਹਿਣੀ। ਜਦੋਂ ਉਹਨਾਂ ਦੀ ਪੇਸ਼ੀ ਹੋ ਜਾਂਦੀ ਸੀ, ਉਦੋਂ ਬਾਅਦ ਮੀਡੀਆ ਮੁਖਾਤਿਬ ਹੁੰਦਾ ਸੀ, ਅੱਜ ਵਾਂਗੂ ਤਾਂ ਨਹੀਂ ਕਿ ਹਰੇਕ ਦੇ ਅੱਗੇ ਮਾਈਕ ਕਰ ਦੇਣਾ, ਪ੍ਰਿੰਟ ਮੀਡੀਆ ਸੀ, ਤਾਂ ਭਗਤ ਸਿੰਘ ਆਪਣੇ ਵਿਚਾਰ ਖੁੱਲ੍ਹ ਕੇ ਰੱਖਦਾ ਸੀ ਅਤੇ ਫਿਰ ਉਹ ਵਿਚਾਰ ਅਖਬਾਰਾਂ ਦੇ ਵਿੱਚ ਛਪਦੇ ਸੀਗੇ। ਉਸ ਦੇ ਰਾਹੀਂ ਉਸ ਵਿਅਕਤੀ ਨੇ ਇਹ ਜਾਗਰਤੀ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਅੰਦਰ ਰਹਿ ਕੇ ਵੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਜਾ ਸਕਦਾ, ਪੇਸ਼ ਕੀਤਾ ਜਾ ਸਕਦਾ। ਅਖੀਰਲਾ ਸਮਾਂ ਬੜਾ ਕਮਾਲ ਦਾ ਸੀ, ਜਿੰਨੇ ਸਮੇਂ ਉਹ ਮੀਆਂ ਵਾਲੀ ਜੇਲ੍ਹ ਲਾਹੌਰ ਰਹੇ, ਸ਼ਹੀਦ ਆਜ਼ਮ ਭਗਤ ਸਿੰਘ ਹੋਰੀ, ਰਾਜਗੁਰੂ ਅਤੇ ਸੁਖਦੇਵ, ਬੜਾ ਕਮਾਲ ਦਾ ਸਮਾਂ ਸੀਗਾ। ਜੇਲ੍ਹ ਵਾਰਡਨ ਸੀ ਜਿਹੜਾ ਔਰ ਜਿਹੜਾ ਜੇਲਰ ਸੀਗਾ, ਉਹ ਦੋਵੇਂ ਉਸ ਵਿਅਕਤੀ ਦੀ ਅੱਖ ਚੱਕ ਪਾ ਕੇ ਨਹੀਂ ਗੱਲ ਕਰਦੇ ਸੀਗੇ। ਉਹ ਕਾਰਨ ਕੀ ਸੀਗਾ ਕਿ ਉਸ ਬੰਦੇ ਨੂੰ ਮੌਤ ਦਾ ਡਰ ਹੀ ਨਹੀਂ ਸੀਗਾ। ਉਹ ਕਹੀ ਜਾਂਦਾ ਸੀ ਮੈਨੂੰ ਕਿਤਾਬਾਂ ਲਿਆ ਦਿਓ, ਜਿਹੜੇ ਮੈਨੂੰ ਦੇਖੋ, ਮੈਂ ਤਾਂ ਸੋਚ ਕੇ ਕੰਮ ਜਾਂਦਾ ਕਿ ਮੈਨੂੰ ਮੌਤ ਆਉਣੀ ਹੋਵੇ ਤਾਂ ਮੈਂ ਪੜ੍ਹ ਮੈਂ ਕਿਵੇਂ ਪੜ੍ਹ ਸਕਦਾ, ਮੈਨੂੰ ਨੀਂਦ ਨਹੀਂ ਆਉਣੀ ਹੈਗੀ, ਹੈ ਨਾ ਜੀ, ਹਰੇਕ ਨੂੰ ਡਰ ਲੱਗਦਾ। ਉਹ ਵਿਅਕਤੀ ਮੰਗ ਕੇ ਕਿਤਾਬਾਂ ਲਿਆਂਦਾ ਸੀਗਾ, ਉਹ ਹਰ ਵਾਰ ਚਿੱਠੀ ਲਿਖ ਕੇ ਕਹਿੰਦਾ ਸੀ ਕਿ ਮੈਨੂੰ ਫਲਾਣੀ ਬੁੱਕ ਇਸ਼ੂ ਕਰਕੇ ਦਿਓ, ਫਲਾਣੀ ਟਿਮਕੀ ਬੁੱਕ ਇਸ਼ੂ ਕਰਕੇ ਦਿਓ। ਜੇਲ੍ਹ ਵਾਰਡਨ ਅਤੇ ਜੇਲਰ ਦੋਵੇਂ ਇੰਨੇ ਕੋਪਰੇਟਿਵ ਸੀ ਭਗਤ ਸਿੰਘ ਪ੍ਰਤੀ, ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਬੰਦਾ ਆਪਣੀ ਉਮਰ ਤੋਂ ਕਿਤੇ ਵੱਡਾ ਹੋ ਚੁੱਕਿਆ। ਬਿਲਕੁਲ ਹੋ ਚੁੱਕੇ, ਬਿਲਕੁਲ ਹੋ ਚੁੱਕੇ, ਹੋ ਵੀ ਚੁੱਕਿਆ ਸੀਗਾ। ਔਰ ਭਗਤ ਸਿੰਘ ਬਾਰੇ ਮੈਂ ਤੁਹਾਡੇ ਨਾਲ ਦਰਸ਼ਕੋ ਸਾਂਝੀ ਕਰਦਾ ਜੀ। ਬੰਬ ਸੁੱਟਣ ਦਾ ਨਾਮ ਭਗਤ ਸਿੰਘ ਨਹੀਂ, ਬੰਬ ਸੁੱਟਣ ਇਲਜ਼ਾਮ ਲੱਗਦਾ ਨਾ ਕਿ ਭਗਤ ਸਿੰਘ ਨੇ ਬੰਬ ਸੁੱਟਿਆ ਸੀਗਾ ਅਸੈਂਬਲੀ ਦੇ ਵਿੱਚ, ਅਸੈਂਬਲੀ ਦੇ ਵਿੱਚ। ਹੁਣ ਤੁਹਾਡੇ ਲਈ ਫਿਰ ਇੱਕ ਗੱਲ ਹੈ ਕਿ ਬੰਬ ਸੁੱਟਣ ਦਾ ਨਾਮ ਭਗਤ ਸਿੰਘ ਨਹੀਂ, ਬੰਬ ਫਟਣ ਤੋਂ ਬਾਅਦ ਖੜੇ ਰਹਿਣਾ ਭਗਤ ਸਿੰਘ ਹੈ। ਉਹ ਭੱਜਿਆ ਨਹੀਂ ਸੀਗਾ ਬੰਬ ਸੁੱਟਣ ਤੋਂ ਬਾਅਦ, ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਇਆ ਸੀਗਾ, ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਲਾਇਆ ਸੀਗਾ, ਲੌਂਗ ਲਿਵ ਰੈਵੋਲਿਊਸ਼ਨ ਦਾ ਨਾਰਾ ਲਾਇਆ ਸੀ ਉਸਨੇ, ਅਤੇ ਬ੍ਰਿਟਿਸ਼ ਕਰਾਊਨ ਜਾਂ ਬ੍ਰਿਟਿਸ਼ ਉਸਦੇ ਮੁਰਦਾਬਾਦ ਦਾ ਨਾਰਾ ਲਾਇਆ ਸੀ। ਸੋ ਕਿਹਾ ਕਿ ਬੰਬ ਸੁੱਟਣ ਦਾ ਨਾਮ ਭਗਤ ਸਿੰਘ ਨਹੀਂ, ਬੰਬ ਫਟਣ ਤੋਂ ਬਾਅਦ ਖੜ੍ਹੇ ਰਹਿਣਾ ਭਗਤ ਸਿੰਘ ਹੈ, ਬੰਬ ਨਾਲ ਕਿਸੇ ਨੂੰ ਮਾਰ ਦੇਣਾ ਭਗਤ ਸਿੰਘ ਨਹੀਂ। ਜਿਹੜਾ ਬੰਬ ਉਹਨਾਂ ਨੇ ਸੁੱਟਿਆ ਸੀ, ਬੜਾ ਵਿਚਾਰ ਕਰਨ ਤੋਂ ਬਾਅਦ ਬੰਬ ਸੁੱਟਿਆ ਸੀਗਾ, ਉਹ ਸਪੈਸ਼ਲ ਬੰਬ ਬਣਾਇਆ ਗਿਆ ਸੀ ਮਨੀਸ਼ਾ ਜੀ, ਕਿ ਜਿਸ ਦੇ ਨਾਲ ਕਿਸੇ ਦੀ ਜਾਨ ਨਾ ਜਾਵੇ, ਸਿਰਫ ਧਮਾਕਾ ਹੋਵੇ, ਗਈ ਵੀ ਨਹੀਂ ਜਾਣ ਕਿਸੇ ਦੀ, ਬਿਲਕੁਲ ਸਿਰਫ ਧੂਆਂ ਜਿਹਾ, ਜਿਸ ਧੂਆਂ ਤੇ ਧਮਾਕਾ। ਔਰ ਉਦੋਂ ਵੀ ਭਗਤ ਸਿੰਘ ਨੇ ਕਿਹਾ ਸੀਗਾ ਕਿ ਬੋਲੇ ਕੰਨਾਂ ਨੂੰ ਸੁਣਾਉਣ ਲਈ ਧਮਾਕਿਆਂ ਦੀ ਜ਼ਰੂਰਤ ਹੁੰਦੀ ਹੈ। ਬ੍ਰਿਟਿਸ਼ ਗਵਰਨਮੈਂਟ ਸੁਣ ਨਹੀਂ ਰਹੀ ਸੀ ਇੰਡੀਅਨ ਲੋਕਾਂ ਦੀ, ਭਾਰਤੀ ਲੋਕਾਂ ਦੀ ਆਜ਼ਾਦੀ ਦੀ ਮੰਗ ਨੂੰ ਸੁਣ ਨਹੀਂ ਰਹੀ ਸੀ। ਬੰਬ ਨਾਲ ਕਿਸੇ ਨੂੰ ਮਾਰ ਦੇਣਾ ਭਗਤ ਸਿੰਘ ਨਹੀਂ, ਵਿਚਾਰਾਂ ਨਾਲ ਵਾਰ ਕਰਨਾ ਭਗਤ ਸਿੰਘ ਹੈ, ਥੌਟ ਵਿਚਾਰ ਨਾਲ ਵਾਰ ਕਰਨਾ ਭਗਤ ਸਿੰਘ ਹੈ। ਕਿਸੇ ਇਮਾਰਤ 'ਤੇ ਝੰਡਾ ਝੁਲਾ ਦੇਣਾ ਭਗਤ ਸਿੰਘ ਨਹੀਂ,
ਤੁਸੀਂ ਬੜੀਆਂ ਸ਼ਾਸ਼ਾਂ ਰਚੀਆਂ ਪੰਜਾਬ ਦੇ ਲੋਕਾਂ ਨੂੰ ਵਰਗਲਾ ਕੇ ਕਦੇ ਕਿਸੇ ਕਚਹਿਰੀ ਤੇ ਝੰਡੇ ਚਲਵਾਤੇ ਕਦੇ ਕਿਸੇ ਕਚਹਿਰੀ ਤੇ ਝੰਡੇ ਚਲਵਾਤੇ ਆਪ ਤੁਸੀਂ ਲੱਖਾਂ ਡਾਲਰ ਕਮਾ ਰਹੇ ਹੋ ਤੇ ਇੱਥੋਂ ਦੇ ਲੋਕਾਂ ਨੂੰ ਤੁਸੀਂ ਵਰਗਲਾ ਰਹੇ ਹੋ ਕਿਸੇ ਇਮਾਰਤ ਤੇ ਝੰਡਾ ਚੁਲਾ ਦੇਣਾ ਭਗਤ ਸਿੰਘ ਨਹੀਂ ਮੋਢਿਆਂ ਤੇ ਝੰਡਾ ਚੁੱਕ ਕੇ ਮੈਦਾਨ ਦੇ ਵਿੱਚ ਡਟ ਜਾਣਾ ਭਗਤ ਸਿੰਘ ਝੰਡਾ ਤੁਹਾਡੇ ਮੋਢੇ ਤੇ ਹੋਣਾ ਚਾਹੀਦਾ ਤੇ ਮੈਦਾਨ 'ਚ ਡਟ ਜਾਓ ਜਿਹੜੀ ਕੋਈ ਵਧੀਕੀ ਹੋਈ ਹੈ ਜਿਹੜਾ ਕੋਈ ਮਾੜਾ ਸਾਡੇ ਨਾਲ ਹੋ ਰਿਹਾ ਅੱਗੇ ਕਿਹਾ ਕਿ ਝੰਡਿਆਂ ਤੇ ਪੱਗਾਂ ਦਾ ਰੰਗ ਭਗਤ ਸਿੰਘ ਨਹੀਂ ਝੰਡਿਆਂ ਤੇ ਪੱਗਾਂ ਦਾ ਰੰਗ ਭਗਤ ਸਿੰਘ ਨਹੀਂ ਦਿਲਾਂ ਦਾ ਬਸੰਤੀ ਹੋ ਜਾਣਾ ਭਗਤ ਸਿੰਘ ਹੈ ਤੁਹਾਡਾ ਵਿਚਾਰ ਤੁਹਾਡੇ ਦਿਲ ਤੁਹਾਡੀ ਸੋਚ ਬਸੰਤੀ ਹੋ ਜਾਵੇ ਉਹ ਭਗਤ ਸਿੰਘ ਨੂੰ ਅਸਲ ਸ਼ਰਧਾਂਜਲੀ ਹੈ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਸੰਸਾਰ ਵੱਲ ਪਤਾ ਨਹੀਂ ਮਨੀਸ਼ਾ ਕਦੋਂ ਵਧਾਂਗੇ ਸਾਡੀ ਨੌਜਵਾਨੀ ਮੈਨੂੰ ਨਹੀਂ ਲੱਗਦੀ ਹੈ ਬਹੁਤ ਲੱਗੇ ਵੀ ਹੋਏ ਨੇ ਕੁਛ ਜਿਹੜੇ ਬਿਲਕੁਲ ਜਿਨ੍ਹਾਂ ਨੇ ਆਈ ਥਿੰਕ ਬਹੁਤ ਸੋਹਣੀਆਂ ਸੋਹਣੀਆਂ ਕਲਮ ਚੱਲਦੀ ਵੀ ਆ ਬਹੁਤ ਲੋਕਾਂ ਦੀ ਲਿਖਦੇ ਵੀ ਬਹੁਤ ਸੋਹਣਾ ਨੇ ਤੇ ਆਪਾਂ ਗੱਲਬਾਤ ਸਿਲਸਿਲਾ ਇੱਦਾਂ ਜਾਰੀ ਰੱਖਾਂਗੇ ਇੱਕ ਨਿੱਕਾ ਜਿਹਾ ਬ੍ਰੇਕ ਲੈਂਦੇ ਹਾਂ ਫਿਰ ਮਿਲਦੇ ਹਾਂ ਜੀ ਜਲਦੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ ਅਤੇ ਇਸ ਪਿਆਰੇ ਜਿਹੇ ਸਮੇਂ ਦਾ ਸਾਡੇ ਦੋਨਾਂ ਦੇ ਨਾਲ ਪਿਆਰੇ ਤਰੀਕੇ ਨਾਲ ਆਨੰਦ ਵੀ ਮਾਣ ਰਹੇ ਹੋ ਵੈਲ ਅੱਜ ਅਸੀਂ ਉਹਨਾਂ ਆਜ਼ਾਦੀ ਗੁਲਾਟੀਆਂ ਨੂੰ ਸਲਾਮ ਕਰਦੇ ਹਾਂ ਈਵਨ ਪੂਰਾ ਦੇਸ਼ ਉਹਨਾਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਦੇ ਵਿੱਚ ਇਨਕਲਾਬ ਲਿਆਂਦਾ ਕੀ ਉਹ ਇਨਕਲਾਬ ਅੱਜ ਵੀ ਨੌਜਵਾਨਾਂ ਦੇ ਵਿੱਚ ਆਪਣੀ ਹੋਣ ਦੇ ਲਈ ਆਪਣੇ ਲੈਕੋਨਰ 'ਚ ਜਜ਼ਬਾ ਸਾਨੂੰ ਦੇਖਣ ਨੂੰ ਮਿਲਦਾ ਹੈ ਨਹੀਂ ਐਕਚੁਅਲੀ ਕੀ ਹੈ ਕਿ ਰੌਲਾ ਤਾਂ ਸਾਰੇ ਪਾਉਂਦੇ ਨੇ ਇਨਕਲਾਬ ਦਾ ਹੈ ਨਾ ਇਨਕਲਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਇਨਕਲਾਬ ਦਾ ਮਤਲਬ ਹੁੰਦਾ ਬਦਲਾਅ ਸੋਸਾਇਟੀ ਦੇ ਵਿੱਚ ਰਿਫੋਰਮਸ ਹੋਣੇ ਸੋਸਾਇਟੀ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਐਵਰੀਥਿੰਗ ਮਤਲਬ ਸਾਰੀਆਂ ਕੁਰੀਤੀਆਂ ਸਾਰੀ ਨੈਗੇਟਿਵਿਟੀ ਕਹਿ ਸਕਦੇ ਐਵਰੀ ਕਾਈਂਡ ਆਫ ਕਿਸੇ ਔਰਤ ਦੇ ਉੱਤੇ ਹੋ ਰਹੇ ਜ਼ੁਲਮ ਤੋਂ ਲੈ ਕੇ ਕਿਸੇ ਨੂੰ ਜ਼ਾਤ ਦੇ ਨਾਲ ਜਾਂ ਧਰਮ ਦੇ ਨਾਲ ਪਰਖਿਆ ਜਾਣਾ ਠੀਕ ਹੈ ਜਿਹੜੀਆਂ ਸਟੇਟਸ ਨੇ ਸਟੇਟਸ ਦੇ ਨਾਲ ਧੱਕਾ ਹੋਣਾ ਜਿਵੇਂ ਰੀਸੈਂਟਲੀ ਸੈਂਟਰ ਗੌਰਮੈਂਟ ਨੇ ਕੀ ਕੀਤਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਅਤੇ ਹਰਿਆਣਾ ਖਤਮ ਕਰ ਦਿੱਤਾ ਗਿਆ ਹਾਲਾਂਕਿ ਉਹ ਸਿਚੁਏਟਡ ਕਿੱਥੇ ਹੈ ਪੰਜਾਬ ਦੇ ਵਿੱਚ ਹੈ ਨਾ ਭਾਖੜਾ ਜਿਹੜੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਕਿਸੇ ਕਿਸਮ ਦੇ ਧੱਕੇ ਦੇ ਖਿਲਾਫ ਹੋ ਜਾਣਾ ਉਸੇ ਨੂੰ ਇਨਕਲਾਬ ਦਾ ਰਿਫੋਰਮ ਕਿਹਾ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਇਨਕਲਾਬ ਇੱਕ ਨਾ ਇਨਕਲਾਬ ਇੱਕ ਚਿੜੀ ਬਣ ਕੇ ਰਹਿ ਗਈ ਹੈ ਜਿਹੜੀ ਕਿਤੇ ਦੂਰ ਉੱਡ ਗਈ ਹੈ ਅਤੇ ਉਹ ਸ਼ਾਇਦ ਹਜੇ ਆਉਂਦੀ ਨਹੀਂ ਲੱਗਦੀ ਪਰ ਸ਼ਹੀਦਾਂ ਦੀ ਜਦੋਂ ਬਾਤ ਪਾਉਂਦੇ ਹਾਂ ਤਾਂ ਮੈਂ ਤੁਹਾਡੇ ਨਾਲ ਨਾ ਇੱਕ ਚੀਜ਼ ਸਾਂਝੀ ਕਰਦਾ ਜਿਹੜੀ ਇਹ ਭਗਤ ਸਿੰਘ ਹੋਰੀ ਜੇਲ੍ਹਾਂ ਦੇ ਵਿੱਚ ਜਦੋਂ ਜੇਲ੍ਹ ਡਾਇਰੀ ਉਹਨਾਂ ਦੀ ਤੁਸੀਂ ਪੜ੍ਹੋਗੇ ਤਾਂ ਜੇਲ੍ਹ ਡਾਇਰੀ ਦੇ ਵਿੱਚ ਸਾਰੀਆਂ ਚੀਜ਼ਾਂ ਦਰਜ ਨੇ ਉਹਨਾਂ ਦੇ ਸਾਥੀ ਬਟਕੇਸ਼ਵਰ ਦੱਤ ਹੋਰਾਂ ਦੀ ਜਦੋਂ ਬਾਅਦ 'ਚ ਆਪਾਂ ਗੱਲ ਕਰਦੇ ਹਾਂ ਜਾਂ ਬਹੁਤ ਸਾਰੇ ਸਾਥੀ ਜਿਹੜੇ ਭਗਤ ਸਿੰਘ ਹੋਰਾਂ ਦੇ ਨਾਲ ਰਹੇ ਦਿੱਲੀ ਦੇ ਵਿੱਚ ਮੈਨੂੰ ਨਾਮ ਚਲੋ ਚੇਤੇ ਆ ਜਾਂਦਾ ਹੁਣੇ ਮੈਂ ਭੁੱਲ ਗਿਆ ਸ਼ਿਵ ਵਰਮਾ ਜੀ ਭਗਤ ਸਿੰਘ ਦੇ ਬਹੁਤ ਨੇੜਲੇ ਸਾਥੀ ਸੀਗੇ ਹੁਣੇ ਪੂਰੇ ਹੋਏ ਨੇ 12-15 ਸਾਲ ਪਹਿਲਾਂ ਸ਼ਿਵ ਵਰਮਾ ਜੀ ਪੂਰੇ ਹੋਏ ਨੇ ਅਤੇ ਉਹ ਭਗਤ ਸਿੰਘ ਦੀਆਂ ਇੰਨੀਆਂ ਯਾਦਾਂ ਦੱਸਦਾ ਸੀ ਬੰਦਾ ਕਿਹੋ ਜਿਹੇ ਵਿਅਕਤੀ ਹੋਣਗੇ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਇਹਨਾਂ ਦਾ ਨਿੱਘ ਮਾਣਿਆ ਹੋਏਗਾ ਇਹਨਾਂ ਦੇ ਨਾਲ ਐਕਸ਼ਨ ਕੀਤੇ ਇਹਨਾਂ ਦੇ ਨਾਲ ਕੰਮ ਕੀਤੇ ਭਗਤ ਸਿੰਘ ਔਰ ਉਹਨਾਂ ਦੇ ਸਾਥੀ ਗਾਉਂਦੇ ਸੀ ਜਾਂ ਬੋਲਦੇ ਹੁੰਦੇ ਸੀ ਕਭੀ ਕਭੀ ਵੋ ਦਿਨ ਵੀ ਆਏਗੇ ਜਬ ਆਜ਼ਾਦ ਹਮ ਹੋਗੇ ਕਭੀ ਵੋ ਦਿਨ ਵੀ ਆਏਗੇ ਜਬ ਆਜ਼ਾਦ ਹਮ ਹੋਗੇ ਯਹੀ ਆਪਣੀ ਜ਼ਮੀਨ ਹੋਗੀ ਹੈ ਆਪਣਾ ਆਸਮਾਂ ਹੋਗਾ ਕਭੀ ਵੋ ਦਿਨ ਵੀ ਆਏਗੇ ਜਬ ਆਜ਼ਾਦ ਹਮ ਹੋਗੇ ਯਹ ਆਪਣੀ ਜ਼ਮੀਨ ਹੋਗੀ ਇਹ ਆਪਣਾ ਆਸਮਾਂ ਹੋਗਾ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ ਇੱਦੋਂ ਵੱਧ ਕੁਛ ਨਹੀਂ ਉਹਨਾਂ ਦੇ ਚਿਤਾਵਾਂ 'ਤੇ ਮੇਲੇ ਲੱਗਣੇ ਹੈ ਇੱਦੋਂ ਵੱਧ ਉਹਨਾਂ ਦੇ ਪੱਲੇ ਹਿੱਸੇ ਕੁਝ ਨਹੀਂ ਆਇਆ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਹੀ ਨੀਚੇ ਗਿਰਨਾ ਪੈਂਦਾ ਆਈ ਮੀਨ ਪਿੱਛੇ ਰਹਿਣਾ ਪੈਂਦਾ ਯੈਸ ਬਿਲਕੁਲ ਝੂਠ ਬੋਲਣ ਵਾਲਾ ਕਿਤੇ ਨਾ ਕਿਤੇ ਅੱਗੇ ਤਾਂ ਲੰਘ ਜਾਂਦਾ ਪਰ ਬਾਅਦ ਵਿੱਚ ਉਹਨੂੰ ਠੋਕਰ ਜ਼ਰੂਰ ਮਿਲਦੀ ਆ ਹਾਂ ਸੱਚ ਕਹਿੰਦੇ ਆ ਨਾ ਕਿ ਜੇ ਬੋਲੀਏ ਸੱਚ ਤਾਂ ਫਿਰ ਕੋਠੇ ਚੜ੍ਹ ਕੇ ਨੱਚਦੇ ਭਾਵੇਂ ਪੈਰੀ ਹੋਵੇ ਕੱਚ ਜੀ ਸੱਚ ਤਾਂ ਫਿਰ ਕੋਠੇ ਚੜ੍ਹ ਕੇ ਹੀ ਬੋਲਿਆ ਜਾਂਦਾ ਹੈ ਅਤੇ ਸੱਚ ਦੇ ਪੈਰਾਂ 'ਤੇ ਭਾਵੇਂ ਕੱਚ ਹੋਵੇ ਕੋਈ ਰੌਲਾ ਨਹੀਂ ਹੁੰਦਾ ਇਸ਼ੂ ਨਹੀਂ ਹੁੰਦਾ ਹੈਗਾ ਬਿਲਕੁਲ ਸੋ ਸੱਚਾਈ ਲਈ ਲੜ ਰਹੇ ਸੀਗੇ ਉਹ ਬਰਾਬਰਤਾ ਲਈ ਲੜ ਰਹੇ ਸੀ ਉਹ ਸੋਸਾਇਟੀ ਨੂੰ ਵਧੀਆ ਬਣਾਉਣ ਲਈ ਖੂਬਸੂਰਤ ਬਣਾਉਣ ਲਈ ਸਿਰਫ ਆਪਣੇ ਲਈ ਨਹੀਂ ਸੋਸਾਇਟੀ ਲਈ ਪੂਰੇ ਦੇਸ਼ ਦੇ ਲਈ ਲੜ ਰਹੇ ਸੀਗੇ ਕਿ ਬਿਲਕੁਲ ਚਲੋ ਜੀ ਅੱਛਾ ਇੱਕ ਹੁਣ ਕਾਲ ਲੈ ਲੈਂਦੇ ਅਗਲੀ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਫਿਰ ਆਪਾਂ ਆਪਣੀਆਂ ਗੱਲਾਂ ਕਰਾਂਗੇ ਹੈਲੋ ਸਤਿ ਸ਼੍ਰੀ ਅਕਾਲ ਸੁਰਿੰਦਰ ਸਰ ਸਾਡੇ ਤਾਂ ਉਹਨਾਂ ਨੂੰ ਥੋੜੀ ਜਿਹੀ ਰਿਸ਼ਤੇਦਾਰੀ ਵੀ ਸੀਗੀ ਨੇੜੇ
ਪਾਕਿਸਤਾਨ ਚ ਵੀ ਸਾਡੇ ਪਿੰਡ ਨੇੜੇ ਨੇੜੇ ਹੀ 3-4 ਮੀਲ ਦਾ ਇੱਥੇ ਵੀ 3-4 ਮੀਲ ਦਾ ਫਰਕ ਆ ਜੀ ਜੀ ਤੇ ਬਾਕੀ ਜਿਹੜਾ ਉਹਨਾਂ ਨੂੰ ਜੋੜਦੇ ਨਾ ਆਰੀਆ ਸਮਾਜੀਆਂ ਨਾਲ ਆਰੀਆ ਸਮਾਜੀ ਉਹ ਤਾਂ ਨਿਰੋਲ ਗੁਰਮੁਖਤ ਪਰਿਵਾਰ ਸੀਗਾ ਜੀ ਜੀ ਜਿੱਦਾਂ ਪਹਿਲਾਂ ਤੋਂ ਉਹਨਾਂ ਦੇ ਬਾਪੂ ਜੀ ਸਿੱਖ ਸੀ ਦਾਦਾ ਜੀ ਵੀ ਸਿੱਖ ਸੀ ਦੋਹਾਂ ਚਾਚੇ ਦੋਏ ਜਲਾ ਵਤਨ ਹੋਏ ਅਜੀਤ ਸਿੰਘ ਤੇ ਸਵਰਨ ਸਿੰਘ ਜੀ 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 ਤੇ ਉਹਨਾਂ ਦੀ ਉੱਥੇ ਸਮਾਰਕ ਦੇ ਸਾਹਮਣੇ ਜੀ ਸਿੰਘ ਦੇ ਨਾਂ ਤੇ ਪਲਾਂਟ ਬਣਿਆ ਦੁੱਧ ਦਾ ਬਹੁਤ ਵਧੀਆ ਉੱਥੇ ਸਭ ਕੁਝ ਰੱਖਣ ਲਈ ਤੇ ਬੜਾ ਕੁਰਬਾਨੀ ਵਾਲਾ ਪਰਿਵਾਰ ਸੀ ਜੀ ਤੇ ਅੱਜ ਵੀ ਆ ਜੀ ਉਹਨਾਂ ਦੀ ਸੋਚ ਨੂੰ ਮੰਨਿਆ ਜਾਵੇ ਤਾਂ ਕੁਛ ਨਾ ਕੁਛ ਬਣ ਸਕਦਾ ਜੀ ਚਲੋ ਤੁਹਾਡੇ ਵਰਗੇ ਨੌਜਵਾਨ ਤੁਰਨ ਉਹਨਾਂ ਦੀ ਸੋਚ ਤੇ ਤੇ ਦੇਸ਼ ਦਾ ਕੁਛ ਬਦਲ ਸਕਦਾ ਪਰ ਕੁਰਬਾਨੀ ਬਹੁਤ ਕਰਨੀ ਪੈਂਦੀ ਹੈ ਜੀ ਬਿਲਕੁਲ ਕਿਉਂਕਿ ਗੱਲਾਂ ਨਾਲ ਨਹੀਂ ਉਹਨਾਂ ਦੀ ਸੋਚ ਤੇ ਤੁਰਿਆ ਜਾਂਦਾ ਆਪਣਾ ਆਪ ਸਾੜਨਾ ਪੈਂਦਾ ਤਾਂ ਜਾ ਕੇ ਫੇਰ ਦੀਵਾ ਜਗਦਾ ਜੀ ਚਰਬੀ ਪਾਉਣੀ ਪੈਂਦੀ ਦੀਵੇ ਬਿਲਕੁਲ 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 ਇਹ ਤੇਲ ਵਾਲੇ ਦੀਵੇ ਨਹੀਂ ਹੈ ਜੀ ਇਹ ਲਹੂ ਦੇ ਦੀਵੇ ਨੇ ਜੇ ਗੱਲਾਂ ਨਾ ਕਰੀਏ ਤੇ ਹੁਣ 70 ਸਾਲ ਹੋ ਗਏ ਲੁੱਟ ਲੁੱਟ ਖਾ ਲਿਆ ਸਾਡੇ ਦੇਸ਼ ਨੂੰ ਇਹਨਾਂ ਲੋਕਾਂ ਨੇ ਤੇ ਜੇ ਹੁਣ ਚਲੋ ਸਰਕਾਰ ਬਣੀ ਵਧੀਆ ਜੇ ਲੋਕਾਂ ਦਾ ਵੀ ਕੁਛ ਭਲਾ ਹੋ ਜਾਵੇ ਇਹਦੇ ਵਿੱਚ ਜੀ ਤੇ ਸੱਚੇ ਪਾਤਸ਼ਾਹ ਮਿਹਰ ਕਰਨ ਜੀ ਤੁਹਾਡੇ ਵਰਗੇ ਨੌਜਵਾਨ ਉੱਠਣ ਦੇਸ਼ ਦੀ ਬਾਗਡੋਰ ਸੰਭਾਲਣ ਤੇ ਦੇਸ਼ ਨੂੰ ਚੰਗੇ ਰਾਹ ਚ ਲਾਉਣ ਜਿਹੜਾ ਇਹ ਜੋਕਾਂ ਨੇ ਚੂੰ ਚੂੰ ਖਾ ਲਿਆ ਮੁਲਕ ਨੂੰ ਇਹ ਤੋਂ ਬਚਾਉਣ ਜੀ 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 ਕਹਿੰਦਾ ਕਿਉਂ ਮੇਰੇ ਦੇਸ਼ ਚ ਹੁਣ ਭਗਤ ਸਿੰਘ ਨਹੀਂ ਜੰਮਦੇ ਕਿਉਂ ਮੇਰੇ ਦੇਸ਼ ਚ ਹੁਣ ਭਗਤ ਸਿੰਘ ਨਹੀਂ ਜੰਮਦੇ ਤਾਂ ਹੀ ਤਾਂ ਜ਼ਾਲਮ ਹੁਣ ਜ਼ੁਲਮ ਕਰਦੇ ਨਹੀਂ ਕੰਬਦੇ ਸਾਹ ਜਿਹੜਾ ਕੱਢ ਲੈਣ ਕਿਸੇ ਜ਼ਾਲਮ ਸਰਕਾਰ ਦੇ ਜਾ ਕੇ ਜਦੋਂ ਅਸੈਂਬਲੀ ਚ ਬੰਬ ਉਹ ਮਾਰਦੇ ਸਰਕਾਰ ਨੂੰ ਉਸ ਵਾਂਗੂ ਵਕਤ ਨਾ ਪਾਏ ਕੋਈ ਹੁਣ ਦੇਸ਼ ਆਪਣੇ ਲੋਕਾਂ ਕੋਲ ਗੁਲਾਮ ਨਾ ਬਚਾਵੇ ਕੋਈ ਹੁਣ ਜੰਮਦਾ ਨਾ ਕਿਉਂ ਜਿਸ ਹੋਵੇ ਜਜ਼ਬਾਤ ਪਿਆਰ ਦਾ ਜੰਮਦਾ ਨਾ ਕਿਉਂ ਜਿਸ ਹੋਵੇ ਜਜ਼ਬਾਤ ਪਿਆਰ ਦਾ ਹਰ ਕੋਈ ਲੱਗੇ ਬਸ ਆਪਣੇ ਹੀ ਹੱਕ ਵਿਚਾਰ ਦਾ ਜੀ ਬਿਲਕੁਲ ਬਿਲਕੁਲ ਫਾਂਸੀ ਵਾਲਾ ਰੱਸਾ ਗੱਲ ਪਾਉਣ ਲੱਗੇ ਗੱਲ ਦੂਰ ਦੀ ਥੱਕਦੇ ਨਾ ਜ਼ਬਾਨ ਕਰਦੇ ਜੀ ਹਜ਼ੂਰੀ ਮਾਲਕ ਹਜ਼ੂਰ ਯੈਸ ਬਿਲਕੁਲ ਖਾ ਗਏ ਲੁੱਟ ਦੇਸ਼ ਦੇ ਹਾਕਮ ਨਾ ਕੋਈ ਬੋਲਿਆ ਖਾ ਗਏ ਲੁੱਟ ਦੇਸ਼ ਦੇ ਹਾਕਮ ਨਾ ਕੋਈ ਬੋਲਿਆ ਭਗਤ ਸਿੰਘ ਬਿਨਾਂ ਅਸੀਂ ਦੇਸ਼ ਆਪਣਾ ਰੋਲਿਆ ਬਿਲਕੁਲ ਪਤਾ ਨਹੀਂ ਪੰਜਾਬ ਚੋਂ ਪਾਣੀ ਅਣਖ ਦਾ ਮੁੱਕਿਆ ਗਿਆ ਜਦੋਂ ਦਾ ਭਗਤ ਸਿੰਘ ਕੋਈ ਹੋਰ ਨਹੀਂ ਟੁੱਕਿਆ ਗਿਆ ਜਦੋਂ ਦਾ ਭਗਤ ਸਿੰਘ ਕੋਈ ਹੋਰ ਨਹੀਂ ਟੁੱਕਿਆ ਭਾਰਤ ਵਾਜੇ ਤੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਕਿਹਾ ਥੈਂਕ ਯੂ ਸੋ ਮੱਚ ਸਰ ਆਪਣੇ ਵਿਚਾਰ ਸਾਂਝੇ ਕਰਨ ਪੰਜਾਬ ਪੁਰਾਣਾ ਸਾਡਾ ਪੰਜਾਬ ਆ ਜਿਹੜਾ ਜੀ ਉਹ ਮੁੜ ਕੇ ਆ ਜਾਵੇ ਤਾਂ ਰੌਣਕਾਂ ਬੋਰਕਾਂ ਹੋ ਜਾਣ ਜੀ ਕਰੋ ਹਿੰਮਤ ਜਵਾਨੋ ਨੌਜਵਾਨੋ ਕੋਸ਼ਿਸ਼ਾਂ ਆਪਾਂ ਨੂੰ ਕਰਨੀਆਂ ਪੈਣਗੀਆਂ ਬਾਕੀ ਸਰ ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਕਿ 70 ਸਾਲਾਂ ਬਾਅਦ ਪੰਜਾਬ ਨੂੰ ਇੱਕ ਰਾਜਨੀਤਿਕ ਪਾਰਟੀ ਤੋਂ ਉਮੀਦ ਲੱਗਦੀ ਹੈ ਜਦੋਂ ਤੱਕ ਰਾਜਨੀਤਿਕ ਸਿਸਟਮ ਠੀਕ ਨਹੀਂ ਹੁੰਦਾ ਉਦੋਂ ਤੱਕ ਸਮਾਜਿਕ ਸਰੋਕਾਰ ਵੀ ਠੀਕ ਨਹੀਂ ਹੁੰਦੇ ਹੈਗੇ ਉਮੀਦ ਅਤੇ ਆਸ ਰੱਖਦੇ ਹਾਂ ਜੀ ਔਰ ਦੂਜੀ ਗੱਲ ਅਸੀਂ ਵਾਚ ਡੋਗ ਹਾਂ ਮੈਂ ਬਤੌਰ ਪੱਤਰਕਾਰ ਇਹ ਗੱਲ ਜ਼ਰੂਰ ਕਹਿੰਦਾ ਕਿ ਅਸੀਂ ਪੈਟ ਡੋਗ ਨਹੀਂ ਅਸੀਂ ਵਾਚ ਡੋਗ ਹਾਂ ਅਸੀਂ ਨਿਗਰਾਨੀ ਰੱਖਣੀ ਹੈ ਜੇਕਰ ਇਹ ਵੀ ਗਲਤੀਆਂ ਕਰਨਗੇ ਉਹੀ ਖੁਆਰੀਆਂ ਖੁਨਾਮੀਆਂ ਕਰਨਗੇ ਤਾਂ ਆਲੋਚਨਾ ਇਹਨਾਂ ਦੀ ਵੀ ਤੈਅ ਹੈ ਔਰ ਅਸੀਂ ਕਰਾਂਗੇ ਕਿਉਂਕਿ ਜਗਾਉਂਦੇ ਰਹਿਣਾ ਇਹ ਸਾਡੀ ਪੱਤਰਕਾਰੀ ਦਾ ਪੇਸ਼ਾ ਹੈ ਔਰ ਆਪਣੇ ਪੇਸ਼ੇ ਦੇ ਵਿੱਚ ਇਮਾਨਦਾਰ ਹੋਣਾ ਮੇਰੇ ਖਿਆਲ 'ਚ ਪਹਿਲੀ ਸ਼ਰਤ ਹੈ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਲੱਗੇ ਰਹੋ ਤੁਹਾਨੂੰ ਪਰਮਾਤਮਾ ਕਿਰਪਾ ਕਰੇ ਕਾਮਯਾਬੀ ਮਿਲੂਗੀ ਜੀ ਲੱਗੇ ਰਹੋ ਬਸ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਆਪਣੇ ਵਿਚਾਰ ਸਾਂਝੇ ਕਰਨ ਲਈ ਐਜ਼ ਵੈਲ ਕਾਲ ਕਰਨ ਦੇ ਲਈ ਅੱਛਾ ਸੁਰਿੰਦਰ ਸਰ ਉਹਨਾਂ ਦੇ ਨਾ ਵਿਚਾਰ ਹਮੇਸ਼ਾ ਹੀ ਬਹੁਤ ਚੰਗੇ ਹੁੰਦੇ ਆ ਇਹਨਾਂ ਕੋਲ ਹਰ ਇੱਕ ਮੁੱਦੇ ਤੇ ਚਾਹੇ ਕੋਈ ਵੀ ਹੋਵੇ ਚਲੋ ਅੱਜ ਆਪਾਂ ਸ਼ਹੀਦੀ ਦਿਹਾੜੇ ਦੀ ਗੱਲ ਕਰਦੇ ਆ ਜਾਂ ਨਾਰਮਲੀ ਵੀ ਆਪਾਂ ਗੱਲਬਾਤ ਕਰਦੇ ਆ ਨਾ ਇਹਨਾਂ ਕੋਲ ਕਵਿਤਾ ਹੁੰਦੀ ਹੈ ਲਾਈਫ ਦਾ ਤਜਰਬਾ ਹੈ ਨਾ ਜ਼ਿੰਦਗੀ ਦਾ ਤਜਰਬਾ ਹੈ ਔਰ ਮਿੱਟੀ ਨਾਲ ਜੁੜੇ ਹੋਏ ਲੋਕ ਨੇ ਚਾਹੇ ਬੇਸ਼ੱਕ ਮਤਲਬ ਪੰਜਾਬ ਛੱਡ ਕੇ ਹੁਣ ਯੂਐਸ ਰਹਿ ਰਹੇ ਨੇ ਪਰ ਮਿੱਟੀ ਦਾ ਮੋਹ ਨਹੀਂ ਗਿਆ ਹੈਗਾ ਮੋਹ ਨਹੀਂ ਗਿਆ ਮਿੱਟੀ ਦਾ ਮੋਹ ਜਾਣਾ ਵੀ ਨਹੀਂ ਚਾਹੀਦਾ ਹੈ ਉਹ ਮੋਹ ਦੇ ਕਾਰਨ ਹਰ ਇੱਕ ਗੱਲ ਦੇ ਵਿੱਚ ਉਹ ਮੋਹ ਦੇਖਦਾ ਹੀ ਆ ਮਿੱਟੀ ਦਾ ਮੋਹ ਦੀ ਗੱਲ ਮਨੀਸ਼ਾ ਜੀ 21 ਵਰੇ 21 ਈਅਰਸ ਸ਼ਹੀਦ ਊਧਮ ਸਿੰਘ ਇੱਥੋਂ ਸਾਰੀ ਦੁਨੀਆ ਘੁੰਮ ਕੇ ਇੰਗਲੈਂਡ ਪਹੁੰਚ ਜਾਂਦਾ ਠੀਕ ਉਡਵਾਇਰ ਦੇ ਘਰੇ ਉਹਨਾਂ ਦੇ ਘਰੇ ਨੌਕਰੀ ਕਰਦਾ ਉਹ ਠੀਕ 21 ਸਾਲ ਉਹ ਬੰਦਾ ਭੁੱਲਿਆ ਨਹੀਂ 21 ਸਾਲ ਮਿੱਟੀ ਦਾ ਮੋਹ 21 ਸਾਲ ਜਲ੍ਹਿਆਂਵਾਲੇ ਬਾਗ ਦੀ ਮਿੱਟੀ ਦੀ ਖੁਸ਼ਬੂ ਉੱਥੇ ਦੇ ਲਹੂ ਜਿਹੜਾ ਡੁੱਲਿਆ ਹੋਇਆ ਸੀ 21 ਸਾਲ ਬਾਅਦ ਉਹ ਬੰਦਾ ਕੈਕਸਟਨ ਹਾਲ ਲੰਡਨ ਦੇ ਵਿੱਚ ਗੋਲੀ ਮਾਰ ਕੇ ਅਤੇ ਫਿਰ ਆਪਣਾ ਬਦਲਾ ਲੈਂਦਾ ਇਹ ਹੈ ਮਿੱਟੀ ਦਾ ਮੋਹ
ये गल है ना, यही मिट्टी का मोह सीगा जिन्होंने गदर पार्टी की स्थापना करवाई गए तो इतों रोजी रोटी लई सी साडे बजुर्ग साडे बाबे गदरी बाबे अपने परिवार का ढिड पालन लई गए सीगे अमरीका की धरती से, पर मिट्टी का मोह सीगा कि उत्थे जाके गदर पार्टी बनाई सैन फ्रांसिस्को दे विच युगांतर आश्रम की शुरुआत की थी। चाहे लाला हरदयाल सीगे, चाहे मदन लाल ढींगरा हो रही थी, चाहे बाबा सोहन सिंह भकणे हो रही सीगे, ते चाहे शहीद करतार सिंह सराभा हो रही सन, ये मिट्टी का मोह सीगा। इसे तरह इसे करके साडे जिहड़े कॉलर ने साडे जिहड़े व्यूअर्स ने जिहड़े दर्शक ने इन्हां नूं पंजाब दी मिट्टी का मोह मारदा, ते ये मिट्टी का मोह ही सीगा जिहदे करके राजगुरु सुखदेव ते शहीद भगत सिंह हो रही हसदे हसदे फांसियां दे तख्ते ते चढ़ गए। कैसी कल्पना, मिट्टी दे मोह ये वर्ड बहुत अपने आप जी बहुत वड्डा आ, पर बहुते लोग ना भुल जाते हैं भावें अपने देश तो। मैं ये नहीं कहती कि सिर्फ पंजाब की आप भारत की गल कर दी हाँ। जिहड़े भी देश के जिहड़े भी लोग रहिंदे ने है ना, अपनी मिट्टी के नाल प्यार होना चाहिए देश की मिट्टी के नाल, पर जो अपने देश तो दूर चले जाते हैं ना तो अपने देश बारे थोड़ा गलत बोलने लग जाते हैं, थोड़ी गद्दारी करन लग जाते हैं। है जो बहुत है ना, बहुत है ने, मतलब मैं गुरदास मान के उस गाने ना इतफाक रखदा कि जेड़े मुल्क दा खाइए उसका बुरा नहीं मंगदा, पर भाई ठीक है उत्थों का बुरा नहीं कह बिल्कुल मंगना चाहिए, पर जी थोड़ी अपनी न्यों जड़ है जी थोड़ी मिट्टी है, बेशक इतने लख करप्शन है, बेशक इतने लख कुरीतियां ने, असं उन्होंने तो मुख नहीं मोड़ सकते, असं उन्होंने दूर करना है। दूर करने वास्ते मैं मेरा तो यह मनना मनीषा जी कि मैं हज़ार बंदे नूं ठीक नहीं करना, मैं 100 नूं ठीक नहीं करना, मैं खुद अपने विचारां नूं ठीक करना तो मैं सोसाइटी के लिए एक जागरूक इंसान होवांगा, मैं अपने विचार तक मैं अपनी जिम्मेवारी लै सकदा, मेरा थॉट प्रोसैस होना चाहिए। निजता एक वक्री चीज़ है पर तुहाडी सोसाइटी दी जीवन जांच एक वक्री चीज़ है। बिल्कुल ये मैटर करदी है जिंदगी दे विच, क्योंकि असीं अपने आप नूं चेंज करांगे, साडे नाल बहुत लोग जुड़े हुए ने वो अपने आप ही बदलन की कोशिश करनगे जे उन्हां नूं लगेगा। तो एक गल्लबात दा सिलसिला असीं एवें जारी रखांगे, तुसीं कॉल करके अपने विचार भी सांझे कर सकदे हो। मिलदे हां जी एक निक्के जे ब्रेक तो बाद। ब्रेक तो बाद स्वागत है जी एक बार फिर साडे प्यारे दर्शकों का प्रोग्राम डेली डोज दे विच। उम्मीद करदी हां जी तुसीं इस डोज का अज पूरा पूरा आनंद भी माण रहे हो, क्योंकि गल्लबात हो रही है शहीदी दिहाड़े की, उन्हां शहीदां दी जिन्हां ने कि जान कुर्बान कर दित्ती सिर्फ साडे लई। वैल असीं कहिंदे कि रब नूं मन्नना चाहीदा, उच्च उहदे ते भरोसा करना चाहीदा, उस नीली छत वाले तो कुछ भी मंगीए देर सवेर मिलदा जरूर आ। पर भगत सिंह हुणी तां कहिंदे सी मैं नास्तिक हाँ, मैं नास्तिक क्यों हाँ, उन्होंने सिरलेख भी लिखा सी है ना, उहदा नाम सी मैं नास्तिक क्यों हाँ, पर उह तां रब नूं मन्नदे नहीं सी। एक्चुअली की है मनीषा जी, भगत सिंह दे लई जिहड़ा धर्म है वह निजी विषय सीगा। तुसीं भगत सिंह दी जदों जेल डायरी पढ़ते हो तो भगत सिंह ने साफ और स्पष्ट तौर दे उत्ते कहा कि धर्म हर एक मनुख दे निजी विश्वास दी चीज़ है, असीं सारिआं नूं अपना अपना धर्म मनण दी खुल दवांगे। वह कहिंदा सी जेकर साडी आज़ादी तो बाद जेकर असी सरकार की फॉर्मेशन की, असी सरकार बनाई जा, असी लोग सेवा दे विच आए हाँ। तो भगत सिंह ने साफ और स्पष्ट तौर के उत्ते किया जिहड़ा हूबहू बयान मैं तुहानूं दसदा हाँ। वह कहिंदा सी कि धर्म हर एक मनुख दे निजी विश्वास की चीज़ है हाँ। सारिआं नूं अपना धर्म मनण दी खुल होवेगी हाँ। पर असी ये खुल हरगिज़ नहीं देंगे कि धर्म के नाते मनुख मनुख नूं लुट्टे जा मनुख मनुख का खून बहावे। धर्म के नाते जिहड़े दंगे हुंदे सी उदों भी जिहड़े हुण भी हुंदे ने राजनीति करवाउंदी है, राजनीतिक पार्टियां करवाउंदियां ने। सो इस बारे भगत सिंह होरी बड़ी स्पष्ट सीगे। दूजी गल, भगत सिंह कुदरत नूं मानदा सी पर वह बुत पूजा जिहड़ी है वह उस दे बहुत खिलाफ सीगा। अखीरला बयान भी जिहड़ा भगत सिंह होरां दा है फांसी लगन तो कुछ समा पहलां दा, जदों भाई रणधीर सिंह ते चन्नन सिंह उन्हां नूं कहिंदे ने कि अखीरला समा आ गया हुण तुसीं अरदास कर लवो तुहाडा जिहड़ा इह लोक या परलोक जिथे तुसीं अग्गे गांह जाणा उह सुधर जूगा। तां भगत सिंह ने बड़े साफ और स्पष्ट तरीके नाल भाई रणधीर सिंह ते चन्नन सिंह होरां नूं कहा सी कि मैनूं तुहाडे वाहिगुरू या मैनूं परमात्मा अगे वाहिगुरू अगे अरदास करन दे विच कोई दिक्कत नहीं है, मैनूं कोई डर नहीं है मैनूं, पर कहिंदा भी जेकर मैं हुण अरदास करदा मैं हुण उन्हां अगे हाथ जोड़ के बेनती करदा कि मेरा मतलब जो भी है वह ठीक किया जाए हाँ। फिर कहिंदा मैनूं तुहाडा वाहिगुरू यह समझेगा कि भगत सिंह डरपोक है बुजदिल है हाँ। जिहड़ा अखीरले समय डर के मेरे अगे अरदास कर रहे हैं, मेरे अगे गिड़गिड़ा रहे हैं, मेरे अगे हाथ जोड़ रहे हैं। कहिंदा मैनूं बुजदिल ते डरपोक होना मंजूर नहीं, इस करके मैं अरदास ना करन वाली चंगा, तुसीं मेरे लिए अरदास कर दिओ। उन्होंने भाई रणधीर सिंह ते चन्नन सिंह नूं कहा सी, इस करके वह किताब होने दे विच आई सी कि मैं नास्तिक क्यों है। मैं नास्तिक क्यों, भगत सिंह ने
खोल के दसन की कोशिश की जो वहम भरम पखंड ने मैं इन्होंने खिलाफ इन्होंने खिलाफ बिल्कुल ये चीजा तो होनिया भी नहीं चाहिए जिंदगी क्योंकि जो बंद इन्होंने चीजा फस जाता ना तो होर बहुत चीजा अगे आने की देखो ना भगत सिंह ने मैं नास्तिक वाली गल क्यों की धर्म के नाँ के उत्ते जिन्हें कतलेआम हुए ने पूरी दुनिया के फिर ये तो बंद बेधर्मा ही चंगा है हाँ। ये तो बंद नास्तिक चंगा है ना जी, जे आस्था का आसरा लैके धर्म का आसरा लैके रब का आसरा लैके रब का ना लैके हाँ। दूसरे व्यक्ति का खून बहा सकते हो तुसी दूसरे व्यक्ति नू मार सकते हो फिर वह धर्म किसी काम का धर्म नहीं एंड रब भी नहीं कहता कि हाँ कि तुसी ए करो मैनू मनन दे ले पर तुसी देखो ना कि दुनिया दे विच वध तो वध जिहड़े बंदे मरे ने वड्डे तो वड्डे कतलेआम होए ने ओह मनुख धर्म दे नाते होए ने जी बहुत दंगे भी समझन दी गल है जी समझन दी गल है फिर इहदे नालों तां सानू इहदे नालों तां नास्तिक ही चंगा सी ना भगत सिंह इस थॉट प्रोसैस दे विच उहने कहा सीगा कि मैं नास्तिक हां ते अजकल दे जिहड़े धर्म दे ठेकेदार ने ओह सिर्फ इसे गल नूं लैके कि भगत सिंह तां नास्तिक सी उस दे उत्ते इल्जाम लाउंदे आ ओहदा कंटेक्सट की सी ओह कहना की चाहुंदा सी मेन गल ओही है ना कि ओह चीज़ नूं पकड़नी हैगी बस लफ्ज़ पता है कि चार अक्षर ने लफ्ज़ हाँ। पता है पर उसका पिछला जो पूरे का पूरा उसके नहीं आते मैं तो एक होर गल सांझी करना सरफरोशी की तमन्ना हमारे दिल में है देखना है जोर कितना बाजुए कातिल में है सरफरोशी की तमन्ना अब हमारे दिल में है देखना है जोर कितना बाजुए कातिल में है वक्त आने पे बता देंगे तुझे आसमां वक्त आने पे बता देंगे तुझे है आसमां हम अभी से क्या बताएं क्या हमारे दिल में है मतलब जिन्होंने कुछ करना होंगे ना वो इंतजार करते हैं सही टाइम का सही समय के उत्ते ही मौके पर चौका जड़ा ना मौके पर चौका भगत सिंह हमेशा अदालत दे विच जाके मारदा सीगा जो वह जज नाल बहस करता हुंदा सीगा वो अपना केस भी आप लड़ते सीगे हालांकि वकील हायर किए हुए सीगे और होर तुहानूं बड़ी खूबसूरत गल दसा भगत सिंह जेल दे विचों मैसेज भेजा सी कि जवाहर लाल नहरू होर जे बाकी जोड़े लोग ने उन्होंने सारे का जेल के भगत सिंह साथियों द्वारा धन्यवाद किया जाता क्यों मैं बड़ा दुख है कि माननयोग प्रधानमंत्री जी ने दो साल तीन साल पहला किसी सूबे के चोन रैली करते हुए पूछा सी बड़े वो करके कि फलाने परिवार में से गांधी नहरू परिवार में से कोई भगत सिंह को मिलने गया भाइयो बहनों जेल में ठीक बेशक जवाहर लाल नहरू मिलन नहीं गए पर भगत सिंह होरां दे मुकदमे दे विच जवाहर लाल नहरू अते उहनां दे पिता जी दोवां ने बहुत ज़्यादा मदद की वकील मुहैया करवाए सी फंड मुहैया करवाया सी वकीलां नूं देण दे लई सो मेरे ख्याल च कि इतिहास की पड़चोल किए बिना सही तरीके नाल कोई टिप्पणी नहीं करनी चाहिए बिल्कुल खास तौर दे उत्ते प्रधानमंत्री नहीं बिल्कुल बोलो ही ना अगर नहीं पता तो बोलो ही ना है ना लोकां दे जज़्बात भड़काउण वास्ते तुसीं लोकां दे जज़्बात भड़काउण वास्ते तुसीं इक इक हिस्टोरिकल फैक्ट नूं अखों परोखे कर रहे हो ओ चुक के ओ चीज नूं गलत बना के पेश कर रहे हो तुसीं इह नहीं होना चाहिए एक मैं मनीषा तुहानूं होर दस दिवां प्यारे दर्शकों लिए भी दस दिया जिहड़े तां जिन्हां नूं तां पता है अज जिथे 23 मार्च 1931 शहीदां नूं सरदार भगत सिंह राजगुरु और सुखदेव होरां दा शहीदी दिहाड़ा है 23 मार्च 1988 नूं पंजाब दा इको पुत्तर जिन्हें पंजाब दे लोकां दी आवाज़ अपनी कलम नाल चुकी सी तलवंडी सलेम जिला जलंधर दा रहण वाला पूरी दुनिया दे विच जिन्हें एक वक्खरा नाम बनाया अवतार सिंह पाश जी तलवंडी सलेम दे विच कतल कर दिता गया सीगा असी मैं निजी तौर दे उते उसनू भी एक लहर दा शहीद मानदा क्योंकि उसने नक्सलवाड़ी लहर दे उते लिखिया अवतार सिंह पाश जिहड़ा ओ कवि जिन्हें लोकां दी बात पाई जिन्हें ऐसियां कमाल दीयां रचनावां ते कवितावां लिखियां उस दी अवतार सिंह पाश दी कविता असी लड़ांगे साथी ते उड़दियां बाज़ां मगर दुनिया दियां किन्नियां ही भाषावां दे विच अनुवादित हो चुकी है पाश दियां कवितावां अज दे दिन ही यानी कि 23 मार्च 1988 नूं पाश नूं अपने साथी दोस्त दे नाल मोटर दे उत्ते सवेरे अपने खेत दी मोटर दे उत्ते रात नूं मोटर ते रहे सीगे सवेरे उत्थे कतल कर दिता गया सीगा गोलियां मार के चलिया गया सी साथी शायद उन्हां दा हेमराज सीगा उदों नाल शायद मैं जे गलती ना कर रहा होवां पाश दे नाल जिहड़ा उन्हां दा साथी सी दोवां नूं कतल कर दिता गया सी अवतार सिंह पाश दी शायरी भी तुहाडे नाल सांझी करूंगा पाश क्योंकि भगत सिंह होरां दी लाइन दे उत्ते चलण वाला बंदा सी पाश होरी भी इनकलाब लई लड़ रहे सीगे पाश होरी भी सोसाइटी नूं बैटर बनाउण लई लड़ रहे सीगे उन्हां दा थॉट भी शहीद भगत सिंह दा कार्ल मार्क्स दा ते वाई आई लेनन दा उन्हां दा थॉट सीगा मैनूं लगदा है कि जिन्हां दी लिखत इस तरह दी हुंदी है ना उन्हां दे अंदर इदां दा जज्बा हुंदा है कि असीं कुछ करिए समाज लई कुछ करिए है ना भावें असीं अपनी कुर्बानी दे दईए बट समाज जिहड़ा सुधर जावे लोक उदां दे हो जाण है ना बिल्कुल बिल्कुल पाश दी कविता उड़दे आ बाज़ां मगर तुहाडे नाल सांझी करदा
कविता थोड़ी औखी है, कविता थोड़ी भारी है, पर उस दे पिछे दे पॉइंटा नू फड़न दी कोशिश करना। पाश लिखदा है कि उड़दे आ बाजा मगर उड गए ने बाज चुंजा च लैके साडी चैन दा एक पल बता सकन दी ख्वाहिश। चलो दोस्तों हुण चलिया जावे उड़दे आ बाजा मगर। इत्थे तां पता नहीं कदों आ धमकण लाल पगड़ियां वाले आलोचक। उस वक्त की गल है 80 तो 88 90 95 तक पंजाब ने वो दौर हंडाया है जिन्हों असी काला दौर कह दें, उदों लाल पगां वाले का मतलब समझ लो। इत्थे तां पता नहीं कदों आ धमकण लाल पगड़ियां वाले आलोचक ते शुरू कर देन कविता की दात देनी। इस तो पहला कि पसर जाए थाने की नित फैलती इमारत, इस तो पहला कि पसर जाए थाने की नित फैलती इमारत, तुहाडे पिंड तुहाडे टब्बर तीक ते नत्थी हो जाए स्वै मान दा कंबदा होया वरका, उस किरच मूहे मुंशी दे रोज नामचे विच। दोस्तों चलो हुण चलिया जावे उड़दे आ बाजा मगर। यह तो सारी उम्र नहीं लथना भैणां दे विआहां ते चुकिया करजा, यह तो सच्चियां परकौड़ियां। यह तो सारी उम्र नहीं लथना भैणां दे विआहां ते चुकिया करजा, पैलियां च छिड़के लहू दा हर कतरा भी इकट्ठा करके, इन्ना रंग नहीं बनना कि चित्र लवांगे एक शांत मुस्कुराउंदे होए जने दा चेहरा, अते होर कि जिंदगियां दियां पूरियां रातां भी गिणी चलीए, कि जिंदगी दियां पूरियां रातां भी गिणी चलीए, तारियां दी गिणती नहीं होनी क्योंकि हो नहीं सकना ये सब। फिर दोस्तों करिए कि चलो फिर हुण चलिया जावे उड़दे आ बाजा मगर। जे तुसी माणी होवे गंढ च जमदे तत्ते गुड़ दी महक, जिन्हां नूं पता है कि गुड़ जिहड़ी उह गंढ जिहड़ी लक्कड़ दा जिहड़ा हुंदा चौकड़ा उहनूं गंढ कहा जांदा। जे तुसी माणी होवे गंढ च जमदे तत्ते गुड़ दी महक अते तक्किया होवे सुहागी होई वत्तर भौं दा चानण दी चाननी च चमकणा, तां तुसी सब जरूर कोई चारा करो हाबड़ी होई वोट दी उस परची दा जो लाला सिट रही है साडे खूहां दी हरियावल ते, जिन्हां ने तक्कियां ने कोठियां ते सुकदियां सुनहरियां छल्लां ते नहीं तक्के मंडी च सुकदे भा। क्या तवाजन है, जिन्हां ने तक्कियां ने कोठे ते सुकदियां सुनहरियां छल्लियां ते नहीं तक्के मंडी च सुकदे भा, वह कदे नहीं समझण लगे कि किवें दुश्मनी है दिल्ली दी उस हुक्मरान औरत दी, उस पैरों नंगी पिंड दी सोहणी कुड़ी नाल। सुरंग वर्गी जिंदगी च तुरदे होए जद परत आउंदी है अपनी आवाज़ मुड़ अपने ही पास, ते अखां च रड़कदे रहिंदे बुढ़े बल्द दे उचड़े होए कन्न वर्गे सुफने, ते चिमट जावे गलियां दा चिक्कड़ उम्र भर दे सब तो हसीन वरियां ते, तां करन नूं बस इहो बचदा दोस्तों कि चलो हुण चलिया जावे उड़दे आ बाजा मगर। ये बड़ी समझण वाली कविता है, जिंदगी दा तत् सार जिहड़ा अवतार सिंह पाश सिखाउंदा सानूं जचाउंदा। जी पाश दीआं गल्लां नूं आई थिंक कोई भुल नहीं सकदा क्योंकि उन्हां नूं वी असीं उन्ना ही याद करदे हां जिन्ना कि शहीद भगत सिंह उन्हां नूं याद करदे हां। वैल इह गल्लां बातां दा सिलसिला एवें जारी रखांगे, तुसीं किते ना जायो, बैठे रहो अपनी सीट ते, मिलदे हां जी निक्के जे ब्रेक तों बाद। ब्रेक तो बाद स्वागत है जी एक बार फिर साढ़े प्यारे दर्शकों का प्रोग्राम डेली डोज दे विच। उम्मीद करदी हां जी तुसीं बिल्कुल ठीक ठाक हो ते इस प्यारे जी डोज दा प्यारे जी तरीके नाल आनंद भी मान रहे हो। वैल गल्लां बातां दा सिलसिला असीं एवें जारी रखांगे, मैं ते प्रिंस बट पहले लै लीजिए कॉल, उन्हां नाल करदे हां गलबात। बिल्कुल। हैलो, हां जी नमस्कार। सत श्री अकाल मैम, की हाल चाल है? सत श्री अकाल प्रिंस जी नूं, भारद्वाज जी नूं नमस्कार। नमस्कार मैम, नमस्कार जी। बहुत अच्छा लग्या कि तुहाडे जे युवक आ के ते इस चीज़ नूं दौरान, मैं भगत सिंह जी शत शत प्रणाम। इहो जे युवकां नूं कदी भी नहीं भुलना चाहिदा, इह उहनां दी शहीदियां नूं बिल्कुल नहीं भुलना चाहिदा, और तुसीं लोग उहनां नूं याद दिलांदे हो, उहनां दी हिस्ट्री सुणांदे हो, बहुत ही अच्छा लगदा। मैनूं तुहाडी गल बहुत ही जची है कि झंडा और पगड़ी दे नाल ही सिर्फ बसंती रंग नहीं चाहिदा, तुहाडे दिल बसंती करो। आई लव दिस लाइन। बस ये है कि भगत सिंह जी की भी यही तमन्ना सी कि ओ मेरी जमीन अफसोस नहीं जो तेरे लिए सो दर्द सहे, मैं फूस रहे तेरी आन सदा चाहे जान मेरी रहे न रहे, तेरी मिट्टी में मिल जावा गुल बन के मैं खिल जावा, बस इतनी सी है आरजू। बिल्कुल बिल्कुल बिल्कुल। बाकी जरा कि मेरा रंग दे बसंती चोला बिल्कुल ठीक सीगा जी, बहुत सुंदर गाना जरा हमेशा ही चलेगा साडे दिलां दे विच हमेशा रहेगा जी जी बिल्कुल। ओ दोनों ने भी कहा सी कि
बड़ा ही गहरा दाग है यारो, जिसका गुलामी नाम है उसका जीना भी क्या जीना, जिसका देश गुलाम है। सीने में जो दिल था यारो, आज बना है शोला, मेरा रंग दे बसंती चोला, रंग दे बसंती चोला। शत शत प्रणाम भगत सिंह जी नू और सुखदेव जी नू और तीसरे अपना राजगुरु ते तुहाडा बहुत अच्छा लग्या, तुसी टॉपिक लैके आंदे और अपना युवकां नू तुसी जरा उत्साहित करो कि ये चीज जेहड़ी कदी नहीं भुलनी चाहिदी। हालांकि इतिहास साडा तोड़ मरोड़ रहा है उन्हां नू, पर ओह अपने नंबर वधाउण वास्ते कोई फर्क नहीं पैंदा, अपने नंबर वधाई जाण कोई फर्क नहीं पैंदा। जिन्हां दे दिल दे विच ये भावना है और जिहड़े मनदे ने कि ओह वाकई उन्होंने शहीदी साडे वास्ते दित्ती, ओह हमेशा रहेगी, सानू नहीं बदल सकदे ओ। अपने फायदे अपने मुफाद लई बदल लैण कोई फर्क नहीं पैंदा है, जज्बा तां ओही रहना, सच दा सच ही रहना, बिलकुल भावें कंडे पैरां दे विच किन्ने चुभ जाण। जी अच्छा, मैं कुछ बोलना चाहांगी, ठीक है। शहीद भगत सिंह योद्धा सरदार मित्रो, उस नाल इनकलाबी सी यार मित्रो, चंद्र शेखर उधम सिंह, सराबा करतार जी, फरंगी भज्जे सूरियां तो मन हार जी, असैम्बली विच सुट्टिया बंब मित्रो, कंधा गईयां उथों दियां कंब मित्रो, योद्धियां पजाए वैरी गोडियां भार जी, फरंगी भज्जे सूरियां तो मन हार जी, मौत नूं सूरे करदे मखौला मित्रो, रंगिया बसंती उना चोला मित्र, बुलटा ते जांदे ओ बन डार जी, फरंगे पजे सूरियां तो मन हार जी, हस हस फांसी दे चुमे रसे मित्रो, फांसी चढ़न लग्या हसे मित्रो, सुख चैन लिखे योद्धियां दी वार जी, फरंगी पजे सूरियां तो मन हार जी, देश उत्ते वार गए जवान जाना मित्रो, ताइयों याद करे शहीदी नू जमाना मित्रो, होया पाणा जो मंजूर करतार जी, फरंगी भज्जे सूरियां तो मन हार जी। इहदे नाल ही मैं तुहानूं सुणाउणा अवतार सिंह पाश दी लिखी हुई दुनिया दी मशहूर कविता असीं लड़ांगे साथी। तुसीं बड़े पोस्टर देखे होणगे पाश दी, जदों पाश दे पोस्टर जिहड़े बाज़ार दे विच आउंदे आ। पाश दी कविता दा इक स्थाई ते कंतरा तुहाडे नाल सांझा करदा, क्योंकि लंबी कविता है जी। असीं लड़ांगे साथी उदास मौसम लई, क्या खूबसूरत गल है। असीं लड़ांगे साथी उदास मौसम लई, असीं लड़ांगे साथी गुलाम सदरां लई, असीं चुणांगे साथी जिंदगी दे टुकड़े, जिंदगी दी धड़कदे हुए टुकड़े। असीं हथौड़ा हुण भी चलदा है उदास ऐरन ते, सियाड़ हुण भी वगदे ने चीकनी धरती ते, इह कम साडा नहीं बणदा, सवाल नचदा है सवाल दे मोहरां ते चढ़ के। असीं लड़ांगे साथी कतल होए जज्बियां दी कसम खा के, असीं लड़ांगे साथी कतल होए जज्बियां दी कसम खा के, बुझियां होईयां नज़रां दी कसम खा के, हत्थां ते पए रटणां दी कसम खा के। असीं लड़ांगे साथी, जदों बंदूक ना होई उदों तलवार होएगी, जदों बंदूक ना होई उदों तलवार होएगी, जदों तलवार ना होई लड़न दी लगन होएगी, लड़न दी जांच ना होई तो लड़न दी लोड़ होएगी। अज दा जमाना लड़न दी लोड़ दा है, लड़न दी जांच ना होई लड़न दी लोड़ होएगी। तो असी लड़ांगे साथी, असी लड़ांगे कि लड़े बिना कुछ नहीं मिलता, कि लड़न बिना कुछ नहीं मिलता। असी लड़ांगे कि असी हाले तक लड़े क्यों नहीं, असी लड़ांगे अपनी सज़ा कबूलन लई, लड़के मर चुकियां दी याद जिंदा रखन लई। असीं लड़ांगे साथी, ते जरूर लड़ांगे असीं, साडा लड़न दी लोड़ भी आ, लड़न दी लोड़ भी आ, ते लड़न दी जांच आ जाएगी। लड़न दा मतलब हथियारां नाल नहीं, विचारां नाल लड़ना, विचार परपक करने। शहीद आजम ने कहा सी विचार परपक करने। और अपना जदों प्रोग्राम खत्म होने तो मनीषा जी मैनूं 2 मिनट पहलां दस दिओ, ताकि मैं शहीद भगत सिंह होरां ते सारे शहीदां नूं समर्पित एक होर बंद तुहाडे नाल साझा कर सकां। 2 मिनट है जी, आओ जी। डॉक्टर स्वामी सरब जी की लिखी हुई एक पोएट्री है तुहाडे नाल साझी करदा। असीं चाननां दा होका देण वाले नेरियां तों नहीं डरदे, कारखानियां खेतां दे असीं जाए भुख नाल नित लड़दे, असी ही हाँ मिट्टी विच्चों सोना पैदा करदे, चांदी दियां छिलणां दे वट्टे फिर धरदे, कदों मेहनता दा सही मुल पैणा उस दिन दी उडीक करदे, असी चाननां दा होका देण वाले नेरियां तों नहीं डरदे। एक दिन आउणा कहिंदे राज साडे लोकां दा, फिर अंत होणा इन्हां सामराजी जोकां दा। एक दिन आउणा कहिंदे राज साडे लोकां दा, फिर अंत होणा इन्हां सामराजी जोकां दा। असी उन्हां वांगू मंजलां नूं पाउणा हथ च मशालां फड़ के, साडी पिठ पिछे खड़े नानक गोबिंद जी,
साड़ी पिट पिछे खड़े नानक गोबिंद जी राजगुरु सुख दे वते भगत सिंह जी सिंह जी असी इन्हां वांगू मंजिलों नू पाउणा इरादियां नू पक्के करके असी चानणा दा होका देण वाले नेरियां तों नहीं डरदे कारखानियां खेतां दे असी जाए भुख नाल नित लड़दे। बिल्कुल जी बिल्कुल। आई थिंक अज कल दे सोशल मीडिया की तुसी गल कीती सी है ना, बहुत चीज़ां सानू देखण नू मिलदियां आ कि उन्हां वीडियोज़ नू देख के दिल कंब जांदा है कि दुनिया दे विच ये भी हो रहा है कि साडे शहीदी साडे वीरां ने सूरमियां ने शहीदी दित्ती आ कि इस दिन लई दित्ती आ। सानू तो साडे गुरुआं तों सीध लै लैणी चाहीदी है। मैं जिहड़े लोक मनीषा जी धर्म रंग जात मजहब नसल दे नां दे उत्ते रौले पाउंदे आ, खास तौर दे उत्ते पंजाब या पंजाबी बोलण वाले लोक या साडी कौम नाल, असी जे इह मतलब मन लो कि असी भगत सिंह नूं नहीं मानदे, मन लो ना मनो तुहाडा हक है तुहाडा राइट है, पर असी पहले पातशाह श्री गुरु नानक देव जी तों लै के दसम पातशाह गुरु गोबिंद सिंह जी महाराज चारे साहिबजादे माता गुजरी माता सुंदरी जी और श्री गुरु ग्रंथ साहिब जी साडे सारे कौमी शहीद बाबा दीप सिंह तों लै के हरी सिंह नलवा तक बाबा बंदा सिंह बहादुर तक असी उहनां दी तां मन लईए। असी गुरु नूं मनदे आ, गुरु दी नहीं मनदे, इत्थे दिक्कत आ गई ना। जदों असीं गुरु दी मनन लग गए तां मेरे ख्याल च समाज सोहणा हो जाएगा ते शहीदां दे सुपने सच भी हो जाणगे, शहीदां दे सुपनियां दा संसार भी आपां शायद बणा लईए। बिल्कुल जी। ते इक वारी फिर असीं सलाम करदे आ उहनां सूरमियां नूं जिन्हां ने शहीदी दित्ती, सिर्फ साडे बिल्कुल सोहणा समाज सिर जावे तां करके। इक वारी फिर सारे नूं सति श्री अकाल करदे आ। सति श्री अकाल ते सारिआं नूं शहीदां नूं सरदार भगत सिंह राजगुरु ते सुखदेव दे शहीदी दिहाड़े दे मौके इह अहद इह प्रण लईए के जिंदगी नूं और संसार नूं होर सोहणा बनाउण लई असी उहनां दे सुपनिआं दे उत्ते चलण दी कोशिश करांगे, उहनां दे सोच दे उत्ते चलण दी कोशिश करांगे। इनकलाब जिंदाबाद जी। जेकर कोई भी जानकारी देना चाहुंदे हो तां info@jasbroadcasting.com दे ज़रिए साडे नाल सांझी कर सकदे हो। सत श्री अकाल। सत श्री अकाल।